ਦੇ ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਐਜੂਕੇਸ਼ਨਲ ਫਿਲਾਸਫੀ ਆਫ ਰਵਿੰਦਰਨਾਥ ਟੈਗੋਰ ਹੁਣ ਇਹਦੇ ਵਿੱਚ ਅਸੀਂ ਪੂਰੀ ਜਿਹੜੀ ਫਿਲਾਸਫੀ ਉਹ ਡਿਸਕਸ ਕਰਾਂਗੇ ਹੁਣ ਜਿੱਦਾਂ ਕਿ ਸਾਰੀਆਂ ਯੂਨੀਵਰਸਿਟੀਆਂ ਦਾ ਬੀਐਡ ਦਾ ਸਿਲੇਬਸ ਆ ਉਹਦੇ ਵਿੱਚ ਥੋੜਾ ਬਹੁਤ ਫਰਕ ਆ ਉਸੇ ਤਰੀਕੇ ਨਾਲ ਹੀ ਪੇਪਰ ਪੈਟਰਨ ਦੇ ਵਿੱਚ ਵੀ ਫਰਕ ਆ ਤਾਂ ਕੁਝ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੁਐਸਚਨ ਹੈ 7 ਮਾਰਕਸ ਦਾ ਆਏਗਾ ਤਾਂ ਜਿਹੜੇ ਸਟੂਡੈਂਟਸ ਦੇ ਲਈ ਪੇਪਰ 7 ਮਾਰਕਸ ਦਾ ਤਾਂ ਉਹਨੂੰ ਸ਼ਾਰਟ ਕਰ ਲੈਣ ਥੋੜਾ ਜਿਹਾ ਤੇ ਜਿੰਨਾ ਦਾ 12 ਮਾਰਕਸ ਆਏਗਾ ਉਹ ਐਸ ਇਟ ਇਜ਼ ਤੁਸੀਂ ਲਿਖ ਸਕਦੇ ਹੋ ਮੀਨਸ ਕਿ ਜਿੰਨਾ ਮੈਂ ਤੁਹਾਨੂੰ ਦੱਸਾਂਗੀ ਉਹ ਅਕੋਰਡਿੰਗ ਤੁਸੀਂ ਜਿੰਨਾ ਯਾਦ ਰੱਖ ਸਕਦੇ ਹੋ ਤੁਸੀਂ ਲਿਖ ਦੇਣਾ ਤੁਸੀਂ ਇਹ ਰਜੇ ਪੁਆਇੰਟਸ ਨਹੀਂ ਕੱਟ ਕਰਨੇ ਭਾਵੇਂ ਤੁਹਾਡਾ 7 ਨੰਬਰ ਦਾ ਭਾਵੇਂ 12 ਨੰਬਰ ਦਾ ਤੁਸੀਂ ਇਹ ਵਿੱਚੋਂ ਐਕਸਪਲੇਨ ਕੱਟ ਕਰ ਦੇਣਾ ਬਸ ਉਹਦੇ ਅਕੋਰਡਿੰਗ ਤੁਸੀਂ ਲਿਖਣਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜਿਹੜੀ ਇਹਨਾਂ ਦੀ ਐਜੂਕੇਸ਼ਨਲ ਫਿਲਾਸਫੀ ਸੀ ਉਹ ਕਿਹੜੇ-ਕਿਹੜੇ ਪ੍ਰਿੰਸੀਪਲਸ ਦੇ ਉੱਪਰ ਆਧਾਰਿਤ ਸੀ ਪਹਿਲਾਂ ਸੀ ਫਰੀडम ਟਾਗੋਰ ਜੀ ਨੇ ਕੀ ਕਿਹਾ ਵੀ ਜੇਕਰ ਅਸੀਂ ਬੱਚੇ ਨੂੰ ਵਧੀਆ ਤਰੀਕੇ ਦੇ ਨਾਲ ਚਾਹੁੰਦੇ ਆ ਕਿ ਉਹਦੀ ਡਿਵੈਲਪਮੈਂਟ ਹੋਵੇ ਤਾਂ ਉਹਨੂੰ ਅਸੀਂ ਕੀ ਦੇਣੀ ਹੈ ਫ੍ਰੀडम ਦੇਣੀ ਹੈ ਜਿਹਦੇ ਆਧਾਰ ਤੇ ਬੱਚਾ ਖੁਦ ਆਪਣੀ ਜਿਹੜੀ ਡਿਵੈਲਪਮੈਂਟ ਆ ਹੋ ਕਰ ਸਕੇ ਤੇ ਉਹਦੀਆਂ ਜਿਹੜੀਆਂ ਪ੍ਰਵਿਰਤੀਆਂ ਨੇ ਸੰਵੇਗ ਨੇ అనుభవ ਨੇ ਉਹ ਖੁੱਲ ਕੇ ਵਿਕਸਿਤ ਹੋ ਸਕਣ ਮੀਨਸ ਅਸੀਂ ਇਹ ਕਹਿ ਸਕਦੇ ਹਾਂ ਤੇ ਬੱਚੇ ਨੂੰ ਆਪਣੀ ਇੱਛਾ ਦੇ ਅਨੁਸਾਰ ਤੇ ਸਮਰੱਥਾ ਦੇ ਅਨੁਸਾਰ ਵਿਕਸਿਤ ਹੋਣ ਲਈ ਜਿਹੜੀ ਸੁਤੰਤਰਤਾ ਉਹ ਦੇਣੀ ਚਾਹੀਦੀ ਹੈ ਤੇ ਉਹਨਾਂ ਨੇ ਕੀ ਕਿਹਾ ਵੀ ਜਿਹੜੇ ਬੱਚੇ ਨੇ ਉਹ ਵੀ ਪੰਛੀਆਂ ਵਰਗੇ ਨੇ ਜਿਵੇਂ ਕਿ ਪੰਛੀ ਨੇ ਉਹਨਾਂ ਨੂੰ ਦੇਖੋ ਕੋਈ ਬੰਦਸ਼ ਨਹੀਂ ਹੁੰਦੀ ਉਹਨਾਂ ਤੇ ਪੇਰੈਂਟਸ ਉਹਨਾਂ ਨੂੰ ਥੋੜਾ ਬਹੁਤ ਕੁਝ ਸਿਖਾਉਂਦੇ ਨੇ ਜਿੰਨ ਦੇਰ ਤੱਕ ਉਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਲਿਆ ਕੇ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਆਜ਼ਾਦ ਹੋ ਜਾਂਦੇ ਨੇ ਹੁਣ ਬੱਚਿਆਂ ਨੂੰ ਪੰਛੀਆਂ ਦੇ ਵਾਂਗ ਸੁਤੰਤਰਤਾ ਦੇਣੀ ਹੈ ਤਾਂ ਜੋ ਜਿਹੜੇ ਬੱਚੇ ਨੇ ਆਪਣੇ అనుభవ ਤੇ ਗਤੀਵਿਧੀਆਂ ਦੇ ਲਈ ਦਿਮਾਗ ਦਿਲ ਤੇ ਜਿਹੜੀ ਆਪਣੀ ਇੱਛਾ ਹੈ ਉਹਦੇ ਸਹੀ ਢੰਗ ਦੇ ਨਾਲ ਵਰਤੋਂ ਕਰ ਸਕਣ ਮੇਨ ਗੱਲ ਇਹ ਹੈ ਰਜੀਤ ਕਿ ਉਹਨਾਂ ਨੂੰ ਕੀ ਦੇਣੀ ਹੈ ਇਸਨੇ ਫ੍ਰੀडम ਦੇਣੀ ਹੈ ਤਾਂ ਜੋ ਬੱਚੇ ਜਿਹੜੀ ਉਹਨਾਂ ਦੀ ਵਧੀਆ ਡਵੈਲਪਮੈਂਟ ਆ ਉਹ ਹੋ ਸਕੇ ਮੀਨ ਜੇ ਬੱਚੇ ਆਪ ਕਰਕੇ ਦੇਖਣਗੇ ਖੁਦ ਐਕਸਪੀਰੀਅੰਸ ਲੈਣਗੇ ਆਪਣੇ ਆਪ ਉਹ ਸਿੱਖੀ ਜਾਣਗੇ ਦੂਸਰਾ ਹੈ ਸਵੈ ਪ੍ਰਗਟਾਵਾ ਸਵੈ ਪ੍ਰਗਟਾਵਾ ਮੀਨਸ ਐਜੂਕੇਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਬੱਚਿਆਂ ਦੇ ਵਿੱਚ ਸਵੈ ਪ੍ਰਗਟਾਵੇ ਦਾ ਗੁਣ ਵਿਕਸਿਤ ਕਰਦੀ ਹੋਵੇ ਮੀਨਸ ਬੱਚਾ ਸੈਲਫ ਐਕਸਪ੍ਰੈਸ ਕਰ ਸਕਦਾ ਹੋਵੇ ਜਿਹੜੇ ਉਹਦੇ ਚ ਇਨੇਟ ਕੁਆਲਟੀਜ਼ ਨੇ ਬੱਚਾ ਉਹਦੇ ਬਾਰੇ ਦੱਸ ਸਕਦਾ ਹੋਵੇ ਉਹਨਾਂ ਦੇ ਅਨਸਾਰ ਜਿਹੜਾ ਬੱਚਾ ਹੈ ਇਕੱਲੇ ਬੌਧਿਕ ਗੁਣਾਂ ਦੇ ਆਧਾਰ ਤੇ ਸਵੈ ਪ੍ਰਗਟਾਵਾ ਨਹੀਂ ਕਰ ਸਕਦਾ ਮੀਨਦੇ ਜੇਕਰ ਅਸੀਂ ਕਹੀ ਵੀ ਬੱਚਾ ਇੰਟੈਲੀਜੈਂਟ ਹੈ ਉਹਦੇ ਕੋਲ ਬੌਧਿਕ ਗੁਣ ਨੇ ਤਾਂ ਉਹਦੇ ਆਧਾਰ ਤੇ ਬੱਚਾ ਜਿਹੜਾ ਸਵੇ ਪਰਗਟਾਵਾ ਨਹੀਂ ਕਰ ਸਕਦਾ ਬਲਕਿ ਹੋਰ ਵੀ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਤੋਂ ਸਾਨੂੰ ਬੱਚੇ ਦੇ ਸਾਰੇ ਕੁਝ ਹੋਰ ਕਿਹੜੇ ਗੁਣ ਨੇ ਉਹ ਸਾਨੂੰ ਫਿਰ ਪਤਾ ਲੱਗਦੇ ਆ ਹੁਣ ਜਿਵੇਂ ਅਸੀਂ ਸ਼ਿਲਪ ਕਲਾ ਚਿੱਤਰਕਲਾ ਸੰਗੀਤ ਨਾਟਕ ਇਹਨਾਂ ਨੂੰ ਅਸੀਂ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਕਰਾਂਗੇ ਤਾਂ ਇਹਨਾਂ ਤੋਂ ਸਾਨੂੰ ਪਤਾ ਚੱਲੇਗਾ ਕਿ ਬੱਚਾ ਸੈਲਫ ਐਕਸਪ੍ਰੈਸ ਕਿਵੇਂ ਕਰ ਸਕਦਾ ਉਹਦੇ ਵਿੱਚ ਹੋਰ ਕਿਹੜੇ-ਕਿਹੜੇ ਗੁਣ ਨੇ ਨੈਕਸਟ ਹੈ ਇੰਟਰਨੈਸ਼ਨਲਿਜ਼ਮ ਅੰਤਰਰਾਸ਼ਟਰੀਵਾਦ ਟੈਗੋਰ ਜੀ ਨੇ ਜਿਹੜੀ ਸਮੁੱਚੀ ਮਨੁੱਖਤਾ ਉਹਦੇ ਵਿੱਚ ਯਕੀਨ ਰੱਖਿਆ ਇਕਤਾ ਦੇ ਵਿੱਚ ਯਕੀਨ ਰੱਖਿਆ ਭਾਵ ਕਿ ਉਹਨਾਂ ਅਨੁਸਾਰ ਪੂਰੇ ਵਰਲਡ ਦੇ ਜਿਹੜੇ ਲੋਕ ਨੇ ਉਹ ਆਪਸ ਦੇ ਵਿੱਚ ਆਪਸੀ ਪਿਆਰ ਦੇ ਨਾਲ ਇੱਕਸਰ ਹੋ ਕੇ ਸ਼ਾਂਤੀਪੂਰਵਕ ਜੀਵਨ ਬਤੀਤ ਕਰਨ ਤੇ ਇਸ ਲਈ ਉਹਨਾਂ ਨੇ ਕੀ ਕਿਹਾ ਵੀ ਸਿੱਖਿਆ ਦਾ ਜਿਹੜਾ ਮਾਧਿਅਮ ਹੈ ਉਹਦੇ ਰਾਹੀਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਨੇੜੇ ਲਿਆਉਣਾ ਚਾਹੀਦਾ ਹੈ ਕਿਉਂਕਿ ਐਜੂਕੇਸ਼ਨ ਹੀ ਇੱਕ ਇਸ ਤਰ੍ਹਾਂ ਦਾ ਸਾਧਨ ਹੈ ਜਿਸ ਦੇ ਨਾਲ ਸਾਰੇ ਜਿਹੜੇ ਲੋਕਾਂ ਦੇ ਵਿੱਚ ਅਸੀਂ ਇੱਕੋ ਤਰ੍ਹਾਂ ਦੇ ਭਾਵ ਪੈਦਾ ਕਰ ਸਕਦੇ ਹਾਂ ਉਹਨਾਂ ਅਨੁਸਾਰ ਸਾਰੇ ਲੋਕਾਂ ਦੇ ਵਿੱਚ ਜਿਹੜਾ ਆਪਸੀ ਪਿਆਰ ਹੈ ਸਮਝ ਤੇ ਇੱਕ ਦੂਸਰੇ ਪ੍ਰਤੀ ਜਿਹੜਾ ਸਨਮਾਨ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਤੇ ਸੰਸਾਰ ਦੀ ਇੱਕ ਸੁਰਤਾ ਦੇ ਲਈ ਮੁੱਖ ਆਧਾਰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗ ਦਾ ਅੰਤਰ ਸੰਚਾਰ ਹੁੰਦਾ ਹੈ ਹੁਣ ਭਾਰਤ ਦੇ ਵਿੱਚ ਕਿੰਨੀਆਂ ਜਾਤੀਆਂ ਤੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਉਸੇ ਤਰੀਕੇ ਨਾਲ ਹੀ ਪੂਰੇ ਵਰਲਡ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਇਸ ਤਰੀਕੇ ਨਾਲ ਮਿਲ ਕੇ ਰਹਿੰਦੇ ਹੋਣ ਨੈਕਸਟ ਹੈ ਪ੍ਰਕਿਰਤੀ ਅਤੇ ਮਨੁੱਖ ਨਾਲ ਕਿਰਿਆਸ਼ੀਲ ਸੰਚਾਰ ਐਕਟਿਵ ਕਮਿਊਨੀਕੇਸ਼ਨ ਵਿਦ ਨੇਚਰ ਐਂਡ ਮੈਨ ਰਵਿੰਦਰਨਾਥ ਟੈਗੋਰ ਜੀ ਨੇ ਕਿਹਾ ਕਿ ਬੱਚੇ ਦੇ ਉੱਚੇ ਤੇ ਵਿਕਾਸ ਵਾਸਤੇ ਜਿਹੜਾ ਕੁਦਰਤੀ ਵਾਤਾਵਰਣ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ ਜਿਦੇ ਵਿੱਚ ਪ੍ਰਕਿਰਤੀ ਦੀ ਸੁੰਦਰਤਾ ਵੀ ਮੌਜੂਦ ਹੋਵੇ ਸਾਰੇ ਤੱਤ ਮੌਜੂਦ ਹੋਣ ਤਾਂ ਬੱਚੇ ਦੀ ਕੁਦਰਤਰੇ ਨਾਲ ਜਿਹੜੀ ਨੇੜਤਾ ਹੈ ਉਹਦੇ ਵਿੱਚ ਵਾਧਾ ਹੋਏਗਾ ਮੀਨਸ ਬੱਚਾ ਕੁਦਰਤ ਨੂੰ ਪਿਆਰ ਕਰੇਗਾ ਤੇ ਫਿਰ ਉਹਦੀ ਉਹ ਰੱਖਿਆ ਵੀ ਕਰੇਗਾ ਹੁਣ ਅਸੀਂ ਦੇਖੋ ਕੀ ਕਹਿੰਦੇ ਆ ਕਿ ਰੁੱਖ ਲਗਾਓ ਪਾਣੀ ਬਚਾਓ ਜੇ ਹੁਣ ਜ਼ਿਆਦਾ ਗਰਮੀ ਹੈ ਤਾਂ ਅਸੀਂ ਸਾਰੇ ਕੀ ਕਹਿ ਰਹੇ ਆ ਵੀ ਰੁੱਖ ਲਗਾਤਾਰ ਕੱਟੇ ਜਾ ਰਹੇ ਨੇ ਪਰ ਜਦੋਂ ਅਸੀਂ ਬੱਚਿਆਂ ਨੂੰ ਪ੍ਰਕਿਰਤੀ ਦੇ ਵਿੱਚ ਰਹਿ ਕੇ ਹੀ ਸਿੱਖਿਆ ਦੇਵਾਂਗੇ ਤਾਂ ਬੱਚੇ ਉਸ ਤਰੀਕੇ ਨਾਲ ਹੀ ਉਹਨਾਂ ਨੂੰ ਸਮਝ ਆਉਣ ਲੱਗੇਗੀ ਕਿ ਇਹ ਸਾਡੇ ਲਈ ਕਿੰਨੀ ਵਧੀਆ ਹੈ ਤੇ ਅਸੀਂ ਇਹਦੀ ਦੇਖਭਾਲ ਕਿਵੇਂ ਕਰਨੀ ਹੈ ਤੇ ਜਦੋਂ ਬੱਚਾ ਪ੍ਰਕਿਰਤਿਕ ਵਾਤਾਵਰਣ ਦੇ ਵਿੱਚ ਰਹਿ ਕੇ ਕੁਦਰਤ ਨਾਲ ਸੰਚਾਰ ਕਰਨਾ ਸਿੱਖੇਗਾ ਤਾਂ ਹਰ ਇੱਕ ਚੀਜ਼ ਨੂੰ ਇਹ ਲੱਗੇਗੀ ਵੀ ਇਹ ਵੀ ਮੇਰੀ ਹੈ ਮੈਂ ਇਹਨੂੰ ਸੰਭਾਲ ਕੇ ਰੱਖਣਾ ਇਹੇ ਲਾਭ ਦੇ ਇੱਕ ਹੈ ਸਾਡੇ ਦੇ ਲਈ ਉਸ ਤੋਂ ਬਾਅਦ ਹੈ ਆਦਰਸ਼ਵਾਦ ਦਾ ਸਿਧਾਂਤ ਪ੍ਰਿੰਸੀਪਲ ਆਫ ਆਈਡੀਅਲਿਜ਼ਮ ਰਵਿੰਦਰਨਾਥ ਟੈਗੋਰ ਦੇ ਅਨਸਾਰ ਜਿਹੜਾ ਮਨੁੱਖਾ ਹੋ ਸੰਸਾਰਿਕ ਬੰਧਨਾਂ ਦੇ ਵਿੱਚ ਬੰਨਿਆ ਹੋਇਆ ਹੈ ਸੰਸਾਰਿਕ ਬੰਧਨਾਂ ਮਤਲਬ ਕਿ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ ਅਸੀਂ ਉਹ ਤੋਂ ਸੁਤੰਤਰ ਨਹੀਂ ਹੋ ਸਕਦੇ ਅਸੀਂ ਉਹ ਤੋਂ ਅਲੱਗ ਹੋ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਨਹੀਂ ਜੀ ਸਕਦੇ ਹੁਣ ਜੇਕਰ ਅਸੀਂ ਜਿਹੜੇ ਸੰਸਾਰਿਕ ਬੰਧਨ ਨੇ ਉਹਨਾਂ ਤੋਂ ਮੁਕਤ ਹੋਣਾ ਚਾਹੁੰਦੇ ਆ ਤਾਂ ਸਾਨੂੰ ਅੰਤਿਮ ਸੱਚ ਦੀ ਜਿਹੜੀ ਸੋਝੀ ਹੈ ਉਹਦੀ ਜ਼ਰੂਰਤ ਪੈਂਦੀ ਹੈ ਭਾਵ ਕਿ ਅੰਤਿਮ ਸੱਚ ਦੀ ਸੋਝੀ ਦਾ ਮਤਲਬ ਕਿ ਜਿਹੜਾ ਮਨੁੱਖ ਹੈ ਫਿਰ ਅੰਤਿਮ ਸੱਚ ਦੀ ਪ੍ਰਾਪਤੀ ਦੇ ਨਾਲ ਜਿਹੜਾ ਜਨਮ ਤੇ ਮਰਨ ਦਾ ਚੱਕਰ ਹੈ ਉਹਦੇ ਤੋਂ ਮੁਕਤ ਹੋ ਜਾਏਗਾ। ਉਹਨਾਂ ਅਨੁਸਾਰ ਸੰਸਾਰ ਸੱਚ ਅਤੇ ਦਿਖਾਵੇ ਦਾ ਸਥਾਨ ਹੈ। ਹੁਣ ਜਿਹੜਾ ਸੰਸਾਰ ਆਹੋ ਸੱਚ ਵੀ ਹੈ ਤੇ ਇਹਦੇ ਵਿੱਚ ਦਿਖਾਵਾ ਵੀ ਹੈ। ਕਿਉਂਕਿ ਦੇਖੋ ਅਸੀਂ ਸਾਰੇ ਲੋਕ ਇੱਥੇ ਫਿਰਦੇ ਆਂ ਦੁਨੀਆ ਤੇ ਪਰ ਇੱਕ ਦਿਨ ਸਾਰਿਆਂ ਨੇ ਖਤਮ ਹੋਣਾ ਆਪਣੀ ਵਾਰੀ ਆਉਣ ਤੇ ਤੇ ਉਹਨਾਂ ਨੇ ਆਤਮਾ ਨੂੰ ਸਰਵਉੱਚ ਦੱਸਿਆ ਹੈ। ਇੱਕ ਆਦਰਸ਼ਵਾਦੀ ਦੇ ਰੂਪ ਦੇ ਵਿੱਚ ਉਹਨਾਂ ਨੇ ਜੀਵਨ ਦੇ ਪ੍ਰਮੁੱਖ ਆਦਰਸ਼ ਨੇ ਸੁੰਦਰਤਾ ਸੱਚ ਤੇ ਚੰਗਿਆਈ ਉਹਨਾਂ ਅਨੁਸਾਰ ਮਨੁੱਖ ਦੇ ਵਿੱਚ ਉਹ ਜਿਹੜੀ ਸਰੀਰਕ ਜ਼ਰੂਰਤ ਹੈ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਬਾਹਦੂ ਸ਼ਕਤੀ ਹੁੰਦੀ ਹੈ ਮੀਨਸ ਜਿੰਨੀ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ ਸ਼ਕਤੀ ਦੀ ਬਟ ਉਹਦੇ ਕੰਪੈਰੀਟਿਵ ਜ਼ਿਆਦਾ ਸ਼ਕਤੀ ਹੁੰਦੀ ਹੈ ਸਰੀਰ ਦੇ ਵਿੱਚ ਜੋ ਮਨੁੱਖੀ ਸਖਸ਼ੀਅਤ ਅਤੇ ਕਲਾਕਾਰੀ ਦੇ ਅਸੀਮਤ ਸੰਭਾਵਨਾ ਹੁੰਦੀ ਹੈ ਮੀਨਜ਼ ਅਸੀਂ ਕਿ ਇਹ ਤੋਂ ਫਾਇਦਾ ਲੈ ਸਕਦੇ ਹਾਂ ਜਿਹੜੇ ਜਿਹੜੇ ਸਾਡੇ ਚ ਗੁਣ ਨੇ ਤਾਂ ਸੇ ਉਹਦੇ ਅਕੋਰਡਿੰਗ ਜਿਹੜੀ ਕਲਾਕਾਰੀ ਉਹ ਕਰ ਸਕਦੇ ਆ ਦੂਸਰਾ ਇਹਦੇ ਵਿੱਚ ਆਏਗਾ ਕਿ ਰਵਿੰਦਰਨਾਥ ਟੈਗੋਰ ਜੀ ਦੇ ਅਨਸਾਰ ਸਿੱਖਿਆ ਦੇ ਉਦੇਸ਼ ਕਿਹੜੇ-ਕਿਹੜੇ ਨੇ ਪਹਿਲਾਂ ਸੀ ਪ੍ਰਿੰਸੀਪਲਸ ਹੁਣ ਏਮਸ ਆਫ ਐਜੂਕੇਸ਼ਨ ਐਸੇ ਤਰੀਕੇ ਨਾਲ ਕਰੀਕੂਲਮ ਆਏਗਾ ਮੈਥਡਸ ਆਫ ਟੀਚਿੰਗ ਡਿਸਪਲਿਨ ਵਗੈਰਾ ਪਹਿਲਾ ਇਹਦੇ ਵਿੱਚ ਹੈ ਉਦੇਸ਼ ਸਵੈ ਸੋਜੀ ਸੈਲਫ ਰੀਅਲਾਈਜੇਸ਼ਨ ਰਵਿੰਦਰਨਾਥ ਟੈਗੋਰ ਜੀ ਦੇ ਅਨਸਾਰ ਸਿੱਖਿਆ ਜਿਹੜਾ ਮੁੱਖ ਉਦੇਸ਼ ਹੈ ਉਹ ਕੀ ਹੋਣਾ ਚਾਹੀਦਾ ਕਿ ਸਵੈ ਸੋਜੀ ਆਪਣੇ ਆਪ ਬਾਰੇ ਗਿਆਨ ਹੋਣਾ ਉਹਨਾਂ ਅਨੁਸਾਰ ਕਿਸੇ ਵਿਅਕਤੀ ਦੀ ਜਿਹੜੀ ਸ਼ਖਸੀਅਤ ਆ ਉਹਦਾ ਪਰਟਾਵਾ ਉਹਦੀ ਜਿਹੜੀ ਸੈਲਫ ਰਿਅਲਾਈਜੇਸ਼ਨ ਹੈ ਉਹਦੇ ਉੱਪਰ ਹੀ ਨਿਰਭਰ ਕਰ ਸਕਦਾ ਹੈ ਕਿ ਹਰੇਕ ਵਿਅਕਤੀ ਨੂੰ ਪਤਾ ਹੋਵੇ ਕਿ ਮੈਂ ਕੀ ਕਰ ਸਕਦਾ ਮੇਰੇ ਵਿੱਚ ਕੀ ਗੁਣ ਹੈ ਅਗਲਾ ਉਦੇਸ਼ ਹੈ ਫਿਜ਼ੀਕਲ ਡਵੈਲਪਮੈਂਟ ਹੁਣ ਫਿਜ਼ੀਕਲ ਡਵੈਲਪਮੈਂਟ ਵੀ ਜ਼ਰੂਰੀ ਹੈ ਹੁਣ ਐਜੂਕੇਸ਼ਨ ਦੇ ਜ਼ਰੀਏ ਅਸੀਂ ਬੱਚੇ ਜਿਹੜੀ ਫਿਜ਼ੀਕਲ ਡਵੈਲਪਮੈਂਟ ਉਹ ਕਰ ਸਕਦੇ ਹਾਂ ਉਹਨਾਂ ਅਨੁਸਾਰ ਕਿ ਸਿੱਖਿਆ ਦਾ ਉਦੇਸ਼ ਕੀ ਹੋਣਾ ਚਾਹੀਦਾ ਕਿ ਬੱਚੇ ਦਾ ਸਰੀਰਕ ਵਿਕਾਸ ਹੁਣ ਜੇਕਰ ਸਾਡਾ ਸਰੀਰ ਤੰਦਰੁਸਤ ਹੈ ਤਾਂ ਹੀ ਸਾਡਾ ਮਨ ਤੰਦਰੁਸਤ ਹੋਏਗਾ ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕੋਈ ਵੀ ਕੰਮ ਕਰ ਸਕਦੇ ਹਾਂ ਤੇ ਕੁਝ ਵੀ ਸਿੱਖ ਸਕਦੇ ਹਾਂ ਤੇ ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਬੱਚਿਆਂ ਦੀ ਜਿਹੜੀ ਸਿੱਖਿਆ ਉਹਦੇ ਵਿੱਚ ਕੀ ਸ਼ਾਮਿਲ ਕਰਨਾ ਹੈ ਖੇਡਾਂ ਯੋਗ ਦਾ ਅਭਿਆਸ ਉਹਨਾਂ ਨੂੰ ਡੇਲੀ ਕਰਾਉਣਾ ਤੇ ਹੋਰ ਜਿਹੜੇ ਸਰੀਰਕ ਵਿਕਾਸ ਵਾਲੀਆਂ ਗਤੀਵਿਧੀਆਂ ਨੇ ਉਹ ਸਿੱਖਿਆ ਦੇ ਵਿੱਚ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੀਸਰਾ ਉਦੇਸ਼ ਹੈ ਮੋਰਲ ਔਰ ਸਪਿਰਚੁਅਲ ਡਵੈਲਪਮੈਂਟ ਰਬਿੰਦਰਨਾ ਟੈਗੋਰ ਜੀ ਅਨਸਾਰ ਸਿੱਖਿਆ ਜਿਹੜਾ ਉਦੇਸ਼ ਹੈ ਉਹ ਬੱਚੇ ਦੇ ਵਿੱਚ ਨੈਤਿਕ ਤੇ ਆਦਰਸ਼ਵਾਦੀ ਜਿਹੜੇ ਗੁਣ ਨੇ ਉਹ ਪੈਦਾ ਕਰਨਾ ਵੀ ਹੈ। ਉਹਨਾਂ ਅਨਸਾਰ ਕਿ ਜਿਹੜਾ ਬੱਚਾ ਹੈ ਉਹਦੇ ਵਿੱਚ ਪਿਆਰ, ਭਾਈਚਾਰੇ ਦੀ ਭਾਵਨਾ ਪੈਦਾ ਕਰਨਾ, ਉਹਨੂੰ ਸਵੇਰ-ਦਨ ਦੇ ਯੋਗ ਬਣਾਉਣਾ, ਮੀਨਸ ਸੈਲਫ ਸਟੱਡੀ ਕਰਨ ਦੇ ਯੋਗ। ਕਿ ਆਪਣੀ ਜਿਹੜੀ ਸਟੱਡੀ ਆਪਣਾ ਜਿਹੜਾ ਅਧਿਆਨ ਉਹ ਖੁਦ ਕਰ ਸਕੇ। ਆਤਮਿਕ ਵਿਕਾਸ ਕਰਨਾ, ਇਹ ਸਾਰੇ ਗੁਣ ਪੈਦਾ ਕਰਨ ਦਾ ਜਿਹੜਾ ਉਦੇਸ਼ ਹੈ ਉਹ ਸਿੱਖਿਆ ਦਾ ਹੋਣਾ ਚਾਹੀਦਾ ਹੈ। ਮੀਨਸ ਕਿ ਕੈਸਟ੍ਰ ਨਹੀਂ ਹੋਵੇ ਜਿਹੜੀ ਕਿ ਬੱਚੇ ਦੀ ਮੋਰਲ ਤੇ ਸਪਿਰਚੁਅਲ ਡਵੈਲਪਮੈਂਟ ਕਰਦੀ ਹੋਵੇ ਨੈਕਸਟ ਹੈ ਬਾਧਿਕ ਵਿਕਾਸ ਰਵਿੰਦਰਨਾਥ ਟੈਗੋਰ ਜੀ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਬੱਚੇ ਦਾ ਬਾਧਿਕ ਵਿਕਾਸ ਕਰਨਾ ਵੀ ਹੋਣਾ ਚਾਹੀਦਾ ਹੈ ਉਹਨਾਂ ਦੇ ਅਨਸਾਰ ਬੱਚੇ ਨੂੰ ਸਿੱਖਣ ਦਾ ਜਿਹੜਾ ਤਰੀਕਾ ਹੈ ਉਹ ਆਪਣੀ ਸੋਚ ਦੇ ਮੁਤਾਬਿਕ ਅਪਣਾਉਣਾ ਚਾਹੀਦਾ ਹੈ ਮੀਨਸ ਕਿ ਜਿਸ ਤਰੀਕੇ ਨਾਲ ਬੱਚਾ ਸਿੱਖ ਸਕਦਾ ਹੈ ਤਾਂ ਜੋ ਉਸ ਤੰਤਰਤਾ ਦੇ ਨਾਲ ਸਿੱਖ ਸਕੇ ਇਸ ਤੋਂ ਇਲਾਵਾ ਬੱਚੇ ਦੇ ਵਿੱਚ ਸੋਚਣ ਦੀ ਜਿਹੜੀ ਸ਼ਕਤੀ ਹੈ ਜਾਂ ਸੋਚਣ ਦੀ ਤੀਬਰਤਾ ਕਹਿ ਲਓ ਕਲਾਤਮਕ ਸੋਚ ਪੈਦਾ ਕਰਨਾ ਕਲਪਨਾਵਾਂ ਦਾ ਵਿਕਾਸ ਕਰਨਾ ਇਹ ਗੁਣ ਪੈਦਾ ਕਰਨਾ ਵੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ ਬਿਲਕੁਲ ਸਿੰਪਲ ਵਰਡਸ ਦੇ ਵਿੱਚ ਸੀ ਕਹਿ ਸਕਦਾ ਕਿ ਬੌਧਿਕ ਵਿਕਾਸ ਦੇ ਨਾਲ ਨਾਲ ਜਿਹੜੀ ਬੱਚੇ ਦੀ 올 ਰੌਂਡ ਡਿਵੈਲਪਮੈਂਟ ਹੈ ਬੱਚੇ ਦੀ ਸਖਸ਼ੀਅਤ ਦਾ ਸਰਪੱਖੀ ਵਿਕਾਸ ਹੈ ਉਹ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ ਨੈਕਸਟ ਹੈ ਹਾਰਮੋਨਿਸ ਡਿਵੈਲਪਮੈਂਟ ਇੱਕਸਾਰ ਵਿਕਾਸ ਰਬਿੰਦਰ ਨਾਥ ਟੈਗੋਰ ਜੀ ਦੇ ਅਨੁਸਾਰ ਸਿੱਖਿਆ ਜਿਹੜਾ ਅਗਲਾ ਉਦੇਸ਼ ਹੈ ਉਹ ਇਹ ਹੋਣਾ ਚਾਹੀਦਾ ਕਿ ਬੱਚੇ ਦੀ ਪਰਸਨੈਲਿਟੀ ਦਾ ਹਰੇਕ ਪੱਖ ਵਧੀਆ ਤਰੀਕੇ ਦੇ ਨਾਲ ਐਜੂਕੇਸ਼ਨ ਦੁਆਰਾ ਵਿਕਸਿਤ ਕੀਤਾ ਜਾਵੇ ਇਸ ਕਰਕੇ ਸਿੱਖਿਆ ਦਾ ਜਿਹੜਾ ਪਾਠਕ੍ਰਮ ਸੋਚਣਾ ਤਾਂ ਉਹਦੇ ਵਿੱਚ ਬੱਚੇ ਦੀ ਪਰਸਨੈਲਿਟੀ ਦੇ ਸਾਰੇ ਪੱਖਾਂ ਦੇ ਵਿਕਾਸ ਨਾਲ ਸੰਬੰਧਿਤ ਜਿਹੜੀਆਂ ਸਾਰੀਆਂ ਗਤੀਵਿਧੀਆਂ ਨੇ ਤੇ ਸਿੱਖਣ ਤੱਤ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਨੈਕਸਟ ਹੈ ਫਰੀडम ਸਤੰਤਰਤਾ ਹੁਣ ਸਿੱਖਿਆ ਇੱਕ ਇਸ ਤਰ੍ਹਾਂ ਦਾ ਸਾਧਨ ਜਿਹਨੂੰ ਅਸੀਂ ਬੱਚੇ ਦੇ ਉੱਪਰ ਥੋਪ ਸਕੀਏ ਸਿੱਖਿਆ ਦਾ ਉਦੇਸ਼ ਕੀ ਹੋਣਾ ਚਾਹੀਦਾ ਕਿ ਬੱਚੇ ਦੀ ਜਿਹੜੀ ਅੰਦਰੂਨੀ ਸ਼ਕਤੀ ਉਹਨੂੰ ਬਾਹਰ ਕੱਢਣਾ ਹੈ ਤਾਂ ਜੋ ਉਹਦੇ ਬੱਚੇ ਦਾ ਜਿਹੜਾ ਵਧੀਆ ਵਿਕਾਸ ਹੈ ਉਹ ਹੋ ਸਕੇ ਹੁਣ ਹਰੇਕ ਬੱਚੇ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ ਇਨੀਟ ਕੁਆਲਿਟੀਆਂ ਹੁੰਦੀਆਂ ਨੇ ਕਦੋਂ ਤੋਂ ਹੁੰਦੀਆਂ ਜਦ ਤੋਂ ਬੱਚਾ ਪੈਦਾ ਹੁੰਦਾ ਉਦੋਂ ਤੋਂ ਹੀ ਹੁੰਦੀਆਂ ਨੇ ਪਰ ਜੇਕਰ ਅਸੀਂ ਉਹਨੂੰ ਸਤੰਤਰਤਾ ਦੇਵਾਂਗੇ ਉਹਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਾਂਗੇ ਤੇ ਉਹਨੂੰ ਹੋਰ ਜਿਹੜੇ ਮੌਕੇ ਨੇ ਉਹ ਦੇਵਾਂਗੇ ਤਾਂ ਹੀ ਜਿਹੜਾ ਬੱਚਾ ਹੈ ਉਹ ਵਧੀਆ ਤਰੀਕੇ ਨਾਲ ਉੱਜੜੀ ਡਵੈਲਪਮੈਂਟ ਆਹੋ ਹੋ ਸਕਦੀ ਹੈ ਤੇ ਬੱਚੇ ਨੂੰ ਜਿਹੜੀ ਐਜੂਕੇਸ਼ਨ ਦੇਣੀ ਹੈ ਉਹ ਬੰਧਨ ਰਹਿਤ ਹੋਣੀ ਚਾਹੀਦੀ ਹੈ ਮੀਨਸ ਕੋਈ ਬੰਧਨ ਨਹੀਂ ਹੋਣਾ ਚਾਹੀਦੇ ਡਰਾ ਕੇ ਜਿਹੜੀ ਸਿੱਖਿਆ ਹੋ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਜਿਹੜੀ ਸਿੱਖਿਆ ਉਹਨੂੰ ਦੇਣੀ ਹੈ ਤਾਂ ਆਜ਼ਾਦ ਰੂਪ ਦੇ ਵਿੱਚ ਉਹਨੂੰ ਦੇਣੀ ਹੈ ਨੈਕਸਟ ਹੈ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਅਗਲਾ ਉਦੇਸ਼ ਕੀ ਹੈ ਕਿ ਜਿਹੜਾ ਮਦਰ ਟੰਗ ਹੈ ਉਹਨੂੰ ਐਜ਼ ਅ ਮੀਡੀਅਮ ਆਫ ਇਨਸਟ੍ਰਕਸ਼ਨ ਯੂਜ਼ ਕਰਨਾ ਹੈ ਮੀਨਸ ਕਿਉਂਕਿ ਬੱਚਾ ਦੇਖੋ ਘਰ ਦੇ ਵਿੱਚ ਜਦੋਂ ਪੈਦਾ ਹੁੰਦਾ ਉਹ ਆਪਣੀ ਮਾਤ ਭਾਸ਼ਾ ਬੋਲਦਾ ਹੈ ਉਹੀ ਸਿੱਖਦਾ ਹੈ ਤੇ ਉਹ ਅਕੋਰਡਿੰਗ ਜਦੋਂ ਬੱਚੇ ਨੂੰ ਸਕੂਲਾਂ ਦੇ ਵਿੱਚ ਪੜ੍ਹਨ ਦੇ ਲਈ ਭੇਜਣਾ ਹੈ ਤਾਂ ਉਹਦੀ ਜਿਹੜਾ ਮੀਡੀਅਮ ਆਫ ਇਨਸਟ੍ਰਕਸ਼ਨ ਹੈ ਉਹ ਮਾਤ ਭਾਸ਼ਾ ਹੀ ਹੋਣੀ ਚਾਹੀਦੀ ਹੈ ਕਿਉਂਕਿ ਬੱਚਾ ਮਾਤ ਭਾਸ਼ਾ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਸਿੱਖ ਸਕਦਾ ਹੈ ਮਾਤ ਪਾਸ਼ਾ ਦੇ ਵਿੱਚ ਬੱਚਾ ਹਰ ਇੱਕ ਗੱਲ ਨੂੰ ਬੜੇ ਤਰੀਕੇ ਨਾਲ ਸਮਝ ਵੀ ਸਕਦਾ ਹੈ ਅੱਗੇ ਮਨੁੱਖਤਾ ਲਈ ਪਿਆਰ ਲਵ ਫॉर ਹਿਮਨਿਟੀ ਅਗਲਾ ਉਦੇਸ਼ ਕਿ ਜਿਹੜੀ ਐਜੂਕੇਸ਼ਨ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਹਿਮਨਿਟੀ ਦੇ ਲਈ ਮਨੁੱਖਤਾ ਦੇ ਲਈ ਪਿਆਰ ਪੈਦਾ ਕਰਦੀ ਹੋਵੇ ਰਵਿੰਦਰਨਾਥ ਟੈਗੋਰ ਜੀ ਨੇ ਕਿਹਾ ਕਿ ਪੂਰੇ ਵਰਲਡ ਦੇ ਵਿੱਚ ਸਾਰੇ ਲੋਕ ਆਪਸ ਵਿੱਚ ਬਰਾਬਰ ਨੇ ਤੇ ਇੱਕ ਫੈਮਿਲੀ ਦੀ ਤਰ੍ਹਾਂ ਨੇ ਇਸ ਕਰਕੇ ਸਿੱਖਿਆ ਦਾ ਉਦੇਸ਼ ਬੱਚੇ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨਾ ਹੋਣਾ ਚਾਹੀਦਾ ਹੈ ਤਾਂ ਦੇ ਹਰੇਕ ਮਨੁੱਖ ਦਾ ਜਿਹੜਾ ਦੂਸਰੇ ਨਾਲ ਪਿਆਰ ਹੈ ਉਹ ਵੱਧ ਸਕੇ ਤੇ ਹਰੇਕ ਦੂਸਰੇ ਨੂੰ ਆਪਣਾ ਸਮਝ ਸਕੇ ਤੇ ਨਾਲ ਜਿਹੜੇ ਅੰਤਰਰਾਸ਼ਟਰੀ ਭਾਈਚਾਰਾ ਹੈ ਉਹ ਵੀ ਪੈਦਾ ਕਰਦੀ ਹੋਵੇ এডਿਕੇਸ਼ਨ ਨੈਕਸਟ ਇਸਟੈਬਲਿਸ਼ਮੈਂਟ ਆਫ ਰਿਲੇਸ਼ਨਸ਼ਿਪ ਬਿਟਵੀਨ ਮੈਨ ਐਂਡ ਗੋਡ ਉਹਨਾਂ ਦੇ ਅਨਸਾਰ ਜਿਹੜੀ ਸਿੱਖਿਆ ਦਾ ਉਦੇਸ਼ ਹੈ ਉਹ ਮਨੁੱਖ ਦਾ ਮਨ ਪਰਮਾਤਮਾ ਵੱਲ ਕੇਂਦਰਿਤ ਕਰਨਾ ਵੀ ਹੋਣਾ ਚਾਹੀਦਾ ਹੈ ਮਨੁੱਖ ਦਾ ਜਿਹੜਾ ਮਨ ਹੈ ਉਹਨੂੰ ਕਿੱਥੇ ਕੇਂਦ੍ਰਿਤ ਕਰਨਾ ਹੈ ਪਰਮਾਤਮਾ ਵੱਲ ਤੇ ਉਹਨਾਂ ਅਨਸਾਰ ਮਨੁੱਖ ਵਿੱਚ ਪਰਮਾਤਮਾ ਦੁਆਰਾ ਬਹੁਤ سارے ਗੁਣ ਦਿੱਤੇ ਗਏ ਨੇ ਤੇ ਇਹ ਗੁਣ ਜਨਮ ਤੋਂ ਹੀ ਇਨਸਾਨ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਇਸ ਲਈ ਜਿਹੜੀ ਸਿੱਖਿਆ ਦਾ ਉਦੇਸ਼ ਬੱਚੇ ਵਿੱਚਲੇ ਇਹਨਾਂ ਅੰਦਰੂਨੀ ਗੁਣਾਂ ਨੂੰ ਉਭਾਰ ਕੇ ਬੱਚੇ ਦਾ ਆਤਮਿਕ ਵਿਕਾਸ ਕਰਕੇ ਤੇ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜਨਾ ਚਾਹੀਦਾ ਹੈ ਨੈਕਸਟ ਹੈ ਕੋਰਿਲੇਸ਼ਨ ਆਫ ਆਬਜੈਕਟਸ ਜਿਹੜੇ ਪਦਾਰਥ ਨੇ ਉਹਨਾਂ ਦਾ ਸੈਸਬੰਧ ਰਵਿੰਦਰਨਾਥ ਟੈਗੋਰ ਜੀ ਦੇ ਅਨਸਾਰ ਸਿੱਖਿਆ ਦਾ ਜਿਹੜਾ ਉਦੇਸ਼ ਹੈ ਉਹ ਮਨੁੱਖ ਦਾ ਕੁਦਰਤਵਲ ਪਿਆਰ ਆਪਸੀ ਸ਼ਾਂਤ ਪੈਦਾ ਕਰਨਾ ਵੀ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਕੁਦਰਤ ਦੇ ਨਾਲ ਜੁੜ ਕੇ ਇਨਸਾਨ ਦਾ ਮਨ ਸ਼ਾਂਤ ਹੋ ਸਕਦਾ ਹੈ ਤੇ ਕੁਦਰਤ ਦਾ ਖਿਆਲ ਰੱਖ ਕੇ ਉਹ ਆਪਣੇ ਆਲੇ ਦੁਆਲੇ ਨੂੰ ਸ਼ੁੱਧ ਬਣਾ ਕੇ ਇਨਸਾਨ ਖੁਦ ਸੁਖੀ ਰਹਿ ਸਕਦਾ ਹੈ ਕਿਉਂਕਿ ਅਸੀਂ ਜਿਹੜੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਜਿਹੜੀ ਸੇ ਕੁਦਰਤ ਦੇ ਵਿੱਚ ਰਹਿ ਰਹਾਂ ਤਾਂ ਉੱਥੇ ਜਿੰਨੇ ਵੀ ਪਦਾਰਥ ਨੇ ਤਾ ਉਹਨਾਂ ਦਾ ਸਾਡੇ ਨਾਲ ਤੇ ਸਾਡਾ ਉਹਨਾਂ ਦੇ ਨਾਲ ਸਹਿਸੰਬੰਧ ਹੈ ਜਿਵੇਂ ਕਿ ਦੇਖੋ ਅਸੀਂ ਹਵਾ ਪਾਣੀ ਬਿਨਾ ਨਹੀਂ ਰਹਿ ਸਕਦੇ ਹੁਣ ਜੇਕਰ ਹਵਾ ਨਹੀਂ ਹੈ ਪਾਣੀ ਨਹੀਂ ਹੈ ਤਾਂ ਅਸੀਂ ਕਿਸ ਤਰੀਕੇ ਨਾਲ ਸਰਵਾਈਵ ਕਰਾਂਗੇ ਨੈਕਸਟ ਹੈ ਸੋਸ਼ਲ ਡਿਵੈਲਪਮੈਂਟ ਅਗਲਾ ਉਦੇਸ਼ ਵੀ ਜਿਹੜਾ ਬੱਚਾ ਹੈ ਉਹਦੀ ਸੋਸ਼ਲ ਡਿਵੈਲਪਮੈਂਟ ਕਰੇ ਐਜੂਕੇਸ਼ਨ ਉਹਦਾ ਸਮਾਜਿਕ ਵਿਕਾਸ ਕਰੇ ਸਿੱਖਿਆ ਦਾ ਉਦੇਸ਼ ਬੱਚੇ ਦੇ ਵਿੱਚ ਇਨਸਾਨ ਦੇ ਵਿੱਚ ਇਸ ਤਰ੍ਹਾਂ ਸਮਾਜਿਕ ਗੁਣ ਪੈਦਾ ਕਰਨਾ ਹੁੰਦਾ ਹੈ ਜਿਨ੍ਹਾਂ ਦੇ ਤਹਿਤ ਉਹ ਸਮਾਜ ਦੇ ਵਿੱਚ ਉਚਿਤ ਢੰਗ ਦੇ ਨਾਲ ਵਿਚਰ ਕੇ ਆਪਣੇ ਜੀਵਨ ਨੂੰ ਸੌਖੀ ਤਰ੍ਹਾਂ ਗੁਜ਼ਾਰ ਸਕੇ ਅਗਲਾ ਹੈ ਉਦੇਸ਼ ਅੰਤਰਰਾਸ਼ਟਰੀ ਭਾਈਚਾਰਾ ਰਵਿੰਦਰਾ ਟੈਗੋਰ ਜੀ ਅਨਸਾਰ ਨਾ ਸਿਰਫ ਦੇਸ਼ ਦੇ ਲੋਕਾਂ ਵਿਚਕਾਰ ਭਾਈਚਾਰਾ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਦੇਸ਼ਾਂ ਦੇ ਲੋਕਾਂ ਦੇ ਵਿਚਕਾਰ ਜਿਹੜਾ ਆਪਸੀ ਭਾਈਚਾਰਾ ਹੈ ਤੇ ਇਕਸਾਰਤਾ ਵਿੱਚ ਵਾਧਾ ਕਰਨਾ ਵੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ ਉਨਾਂ ਅਨੁਸਾਰ ਜਿਹੜੀ ਮਨੁੱਖੀ ਏਕਤਾ ਉਹਦੇ ਲਈ ਅੰਤਰ ਸੱਭਿਆਚਾਰਕ ਅਤੇ ਸਮਾਜਿਕ ਤੱਤਾਂ ਬਾਰੇ ਸਿੱਖਿਆ ਰਾਹੀਂ ਗਿਆਨ ਦੇਣਾ ਤੇ ਪਰਫੁੱਲਿਤ ਕਰਨਾ ਹੋਣਾ ਚਾਹੀਦਾ ਹੈ। ਉਨਾਂ ਅਨੁਸਾਰ ਪੂਰਬੀ ਅਤੇ ਪੱਛਮੀ ਸੱਭਿਆਚਾਰ ਦੇ ਜਿਹੜੇ ਸਾਂਝੇ ਤੱਤ ਨੇ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਨਾਓ ਮੈਥਡਸ ਆਫ ਟੀਚਿੰਗ ਬਾਈ ਰਵਿੰਦਰਨਾਥ ਠਾਗੋਰ ਰਵਿੰਦਰਨਾਥ ਠਾਗੋਰ ਜੀ ਨੇ ਕਿਹੜੇ-ਕਿਹੜੇ ਟੀਚਿੰਗ ਮੈਥਡਸ ਬਾਰੇ ਕਿਹਾ ਸਭ ਤੋਂ ਪਹਿਲੀ ਗੱਲ ਹੈ ਟੀਚਿੰਗ ਬਾਈ ਵਾਕਿੰਗ ਘੁੰਮ ਫਿਰ ਕੇ ਸਿੱਖਣਾ ਰਵਿੰਦਰਨਾਥ ਟੈਗੋਰ ਜੀ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ ਕਿ ਬੱਚੇ ਨੂੰ ਸਿਰਫ ਜਮਾਤ ਦੇ ਵਿੱਚ ਬਿਠਾ ਕੇ ਹੀ ਅਸੀਂ ਲਗਾਤਾਰ ਪੜਾਉਂਦੇ ਰਹੀਏ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦਾ ਜਿਹੜਾ ਗਿਆਨ ਆ ਉਹ ਬੱਚੇ ਦੇ ਦਿਮਾਗ ਤੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਕਿਉਂਕਿ ਬੱਚਾ ਇੱਕ ਥਾਂ ਤੇ ਬੈਠਾ ਰਹੇਗਾ ਇਸ ਕਰਕੇ ਉਹਨੂੰ ਜੋ ਸੀ ਪੜ੍ਹਾਵਾਂਗੇ ਉਹ ਬੋਝਿਆ ਲੱਗੇਗਾ ਤੇ ਉਹਦੀ ਜਿਹੜੀ ਫਿਜ਼ੀਕਲ ਡਵੈਲਪਮੈਂਟ ਆ ਉਹ ਵੀ ਨਹੀਂ ਹੋ ਸਕਦੀ। ਉਨਾਂ ਦੇ ਅਨਸਾਰ ਵੀ ਬੱਚੇ ਦੇ ਗਿਆਨ ਨੂੰ ਸਥਾਈ ਰੱਖਣ ਲਈ ਸਿਰਫ ਕਿਤਾਬਾਂ ਵਿੱਚੋਂ ਯਾਦ ਕਰਕੇ ਸਿਖਾਉਣ ਦੀ ਵਿਧੀ ਉਚਿਤ ਨਹੀਂ ਹੈ। ਮਾਲਕਾ ਜਦੋਂ ਇਤਿਹਾਸ ਭੂਗੋਲ ਅਸੀਂ ਇਹ ਸਬਜੈਕਟ ਪੜਾਉਨੇ ਨੇ ਤਾਂ ਇਹਨਾਂ ਵਿਸ਼ਿਆਂ ਦੇ ਨਾਲ ਸੰਬੰਧਿਤ ਸਥਾਨਾਂ ਤੇ ਲਾ ਕੇ ਬੱਚੇ ਨੂੰ ਜਿਹੜੀ ਐਜੂਕੇਸ਼ਨ ਉਹ ਦਿੱਤੀ ਜਾਣੀ ਚਾਹੀਦੀ ਆ। ਹੁਣ ਇਹ ਨਾਲ ਕੀ ਹੋਏਗਾ? ਜਦੋਂ ਅਸੀਂ ਬੱਚੇ ਨੂੰ ਇਸ ਤਰੀਕੇ ਨਾਲ ਸਿਖਾਵਾਂਗੇ ਤਾਂ ਬੱਚੇ ਦਾ ਗਿਆਨ ਪਰਮਾਨੈਂਟ ਹੋਏਗਾ, ਉਹ ਪੜ੍ਹਾਈ ਦੇ ਵਿੱਚ ਇੰਟਰਸਟ ਵੀ ਲਏਗਾ ਤੇ ਜਲਦੀ ਵੀ ਸਿੱਖੇਗਾ ਤੇ ਬੱਚਾ ਐਕਟਿਵ ਵੀ ਰਹੇਗਾ। ਦੂਸਰਾ ਹੈ ਐਕਟੀਵਿਟੀ ਮੈਥਡ ਗਤੀਵਿਧੀ ਰਾਹੀਂ ਸਿੱਖਣਾ ਰਵਿੰਦਰ ਨਾਥ ਟੈਗੋਰ ਜੀ ਬੱਚੇ ਦੀ ਜਿਹੜੀ ਕਿਰਿਆਸ਼ੀਲ ਸ਼ਮੂਲੀਅਤ ਦੇ ਵਿੱਚ ਯਕੀਨ ਰੱਖਦੇ ਸੀ ਕਿ ਬੱਚੇ ਜਿਹੜੀ ਐਕਟਿਵ ਪਾਰਟਿਸਪੀਕੇਸ਼ਨ ਆ ਉਹ ਹੋਣੀ ਜ਼ਰੂਰੀ ਹੈ ਇਸ ਲਈ ਉਹਨਾਂ ਨੇ ਕਿਰਿਆ ਰਾਹੀਂ ਅਧਿਆਪਨ ਨੂੰ ਉਚਿਤ ਠਹਿਰਾ ਹੈ ਮੀਂਜੇ ਜਦੋਂ ਪੜਾਉਣਾ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਦੇ ਰਾਹੀਂ ਪੜਾਉਣਾ ਹੈ ਕਿਉਂਕਿ ਇਸ ਵਿੱਚ ਬੱਚਾ ਖੁਦ ਕਰਕੇ ਪ੍ਰੈਕਟੀਕਲ ਰੂਪ ਦੇ ਵਿੱਚ ਸਿੱਖਦਾ ਹੈ ਤੇਜ਼ ਪ੍ਰਕਿਰਿਆ ਦੇ ਦੌਰਾਨ ਉਹਦਾ ਦਿਮਾਗ ਤੇ ਜਿਹੜਾ ਸਰੀਰ ਆ ਸੰਪੂਰਨ ਰੂਪ ਦੇ ਵਿੱਚ ਕਿਰਿਆਸ਼ੀਲ ਹੁੰਦੇ ਨੇ ਤੇ ਜਦੋਂ ਬੱਚਾ ਕਰਕੇ ਸਿੱਖੇਗਾ ਇਹ ਨਾਲ ਸਿੱਖਿਆ ਹੋਇਆ ਬੱਚਾ ਜ਼ਿਆਦਾ ਦੇਰ ਤੱਕ ਯਾਦ ਵੀ ਰੱਖੇਗਾ ਕਿ ਮੈਨੂੰ ਕੀ ਸਿਖਾਇਆ ਗਿਆ ਸੀ ਹੁਣ ਇਹਦੇ ਜਿਵੇਂ ਅਸੀਂ ਹੈਂਡ ਕraft ਦਾ ਕੰਮ ਸਿਖਾਉਣਾ ਹੈ ਤਾਂ ਜੇਕਰ ਇਸ ਬੱਚੇ ਨੂੰ ਅਸੀਂ ਹੱਥੀ ਕਰਨਾ ਸਿਖਾਵਾਂਗੇ ਤਾਂ ਹੀ ਬੱਚਾ ਉਹਦੇ ਵਿੱਚ ਪਰਫੈਕਟ ਹੋਏਗਾ ਆਦਰਵਾਇਜ਼ ਬੱਚਾ ਉੱਥੇ ਹੀ ਰਹਿ ਜਾਏਗਾ ਨੈਕਸਟ ਹੈ ਵਿਚਾਰ ਵਟਾਂਦਰਾ ਵਿਧੀ ਜਾਂ ਡਿਸਕਸ਼ਨ ਮੈਥਡ ਟੈਗੋਰ ਜੀ ਅਨਸਾਰ ਬੱਚੇ ਵਿੱਚ ਭਾਸ਼ਣ ਦੇਣ ਜਾਂ ਖੁੱਲਕੇ ਬੋਲਣ ਦੀ ਜਿਹੜੀ ਕਲਾ ਹੈ ਉਹਨੂੰ ਵਿਕਸਿਤ ਕਰਨ ਦੇ ਲਈ ਬੱਚਿਆਂ ਨੂੰ ਕਿਵੇਂ ਸਿਖਾਉਣਾ ਹੈ ਡਿਸਕਸ਼ਨ ਦੇ ਰਾਹੀਂ ਬਾਦ-ਵਿਵਾਦ ਦੇ ਰਾਹੀਂ ਹੁਣ ਇਸ ਵਿਧੀ ਦੇ ਵਿੱਚ ਅਧਿਆਪਕ ਨੇ ਬੱਚਿਆਂ ਦੇ ਅੱਗੇ ਕੋਈ ਸਮੱਸਿਆ ਰੱਖਣੀ ਹੈ ਤੇ ਉਹਦੇ ਤੇ ਉਹਨਾਂ ਨੂੰ ਵਿਚਾਰ ਵਟਾਂਦਰਾ ਕਰਨ ਦੇ ਲਈ ਕਹਿਣਾ ਹੈ ਤੇ ਜਿਹੜੇ ਬੱਚੇ ਨੇ ਜਦੋਂ ਉਹਨੂੰ ਕੋਈ ਸਮੱਸਿਆ ਦਿੱਤੀ ਜਾਏਗੀ ਤਾਂ ਉਹ ਲੌਜੀਕਲੀ ਉਹਦੇ ਬਾਰੇ ਸੋਚਣਗੇ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਪੇਸ਼ ਕਰਨਗੇ ਤੇ ਇਸ ਤਰੀਕੇ ਨਾਲ ਉਹਨਾਂ ਦੇ ਵਿੱਚ ਜਿਹੜਾ ਨਵਾਂ ਗਿਆਨ ਹੈ ਉਹ ਸੰਚਾਰ ਹੋਏਗਾ ਨਿਊ ਜਿਹੜੀ ਨੌਲੇਜ ਹੈ ਉਹਦੀ ਫਾਰਮੇਸ਼ਨ ਹੋਏਗੀ ਤੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਚਿਜਕ ਵੀ ਦੂਰ ਹੁੰਦੀ ਹੈ ਤੇ ਬੱਚੇ ਨੂੰ ਆਪਣੇ ਵਿਚਾਰ ਦੂਸਰਿਆਂ ਦੇ ਸਾਹਮਣੇ ਪ੍ਰਗਟ ਕਰਨ ਦੀ ਜਿਹੜੀ ਖੁੱਲ ਹੈ ਜਾਂ ਸੁਤੰਤਰਤਾ ਉਹ ਵੀ ਪ੍ਰਾਪਤ ਹੁੰਦੀ ਹੈ ਅਗਲੀ ਵਿਧੀ ਹੈ ਪ੍ਰਸ਼ਨ ਉੱਤਰ ਵਿਧੀ ਕੁਐਸਚਨ ਆਨਸਰ ਮੈਥਡ ਇਦੇ ਵਿੱਚ ਅਧਿਆਪਕ ਬੱਚਿਆਂ ਤੋਂ ਉਹਨਾਂ ਦੇ ਪੱਧਰ ਦੇ ਅਨੁਸਾਰ ਮੀਨ ਜਿਸ ਤਰ੍ਹਾਂ ਦੀ ਜਮਾਤ ਹੈ ਉਹਨਾਂ ਦਾ ਲੈਵਲ ਹੈ ਉਹਦੇ ਅਕੋਰਡਿੰਗ ਪ੍ਰਸ਼ਨ ਪੁੱਛਦਾ ਹੈ ਮੀਨ ਕਿ ਉਹਨਾਂ ਦੇ ਆਸ-ਪਾਸ ਦੇ ਵਾਤਾਵਰਣ ਦੇ ਨਾਲ ਸੰਬੰਧਿਤ ਜ਼ਿਆਦਾ ਪ੍ਰਸ਼ਨ ਪੁੱਛੇਗਾ ਜੋ ਕਿ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਦੇ ਵਿੱਚ ਰੁਚੀ ਪੈਦਾ ਕਰਨ ਦੇ ਲਈ ਸਹਾਇਕ ਹੁੰਦੇ ਨੇ ਤੇ ਨਾਲ ਬੱਚਿਆਂ ਦੇ ਪਾਠ ਦੇ ਵਿੱਚ ਜਿਹੜੀ ਐਕਟਿਵ ਪਾਰਟਿਸਪੇਸ਼ਨ ਹੈ ਉਹ ਵੀ ਵੱਧਦੀ ਹੈ ਤੇ ਬੱਚਿਆਂ ਦਾ ਜਿਹੜਾ ਮਾਨਸਿਕ ਤੇ ਉਹਨਾਂ ਦੇ ਪ੍ਰਗਟਾਵੇ ਦਾ ਪੱਖ ਹੈ ਉਹ ਵੀ ਵਿਕਸਿਤ ਹੁੰਦਾ ਹੈ ਨੈਕਸਟ ਹੈ ਅਨੁਮਾਨੀ ਵਿਧੀ ਹਿਊਰਿਸਟਿਕ ਮੈਥਡ 태ਗੋਰ ਜੀ ਅਨਸਾਰ ਵਿਚਾਰੀ ਗਈ ਇਹ ਸਿਖਾਉਣ ਦੀ ਜਿਹੜੀ ਪ੍ਰਸ਼ਨ ਉੱਤਰ ਵਿਧੀ ਦੇ ਨਾਲ ਹੀ ਸੰਬੰਧਿਤ ਹੈ ਇਸ ਵਿਧੀ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਵਿਸ਼ੇ ਬਾਰੇ ਜਿਹੜੀਆਂ ਸ਼ੰਕਾਵਾਂ ਨੇ ਮੀਨਜ਼ ਕੋਈ ਤੁਹਾਨੂੰ ਡਾਊਟ ਹੈ ਉਹ ਸਪਸ਼ਟ ਕਰਨ ਦੇ ਲਈ ਪ੍ਰਸ਼ਨ ਪੁੱਛਣ ਦੇ ਲਈ ਕਿਹਾ ਜਾਂਦਾ ਜਿਵੇਂ ਕਿ ਸਪੋਜ਼ ਕਰੋ ਅਸੀਂ ਅੱਜ ਚੈਪਟਰ ਪੜ੍ਹਿਆ ਤਾਂ ਕੱਲ ਅਸੀਂ ਬੱਚੇ ਨੂੰ ਕੀ ਪੁੱਛਾਂਗੇ ਜੇ ਚੈਪਟਰ ਖਤਮ ਕਰਾਉਣ ਤੋਂ ਬਾਅਦ ਟਾਈਮ ਹੈ ਤਾਂ ਅਸੀਂ ਉਹਦੀ ਪੁੱਛ ਲਾਂਗੇ ਵੀ ਤੁਹਾਨੂੰ ਕੋਈ ਡਾਊਟ ਹੋਵੇ ਤਾਂ ਜਦੋਂ ਬੱਚੇ ਪ੍ਰਸ਼ਨ ਪੁੱਛਣਗੇ ਤਾਂ ਅਧਿਆਪਕ ਉਹਨਾਂ ਨੂੰ ਉਚਿਤ ਉਤਰਾਂ ਦੇ ਨਾਲ ਸੰਤੁਸ਼ਟ ਕਰਦਾ ਹੈ ਮੀਨਸ ਉਹਨਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦਾ ਹੈ ਤੇ ਫਿਰ ਅਧਿਆਪਕ ਬੱਚਿਆਂ ਤੋਂ ਸੰਬੰਧਿਤ ਵਿਸ਼ੇ ਤੇ ਪ੍ਰਸ਼ਨ ਪੁੱਛ ਕੇ ਮੁਲਾਂਕਣ ਕਰਦਾ ਹੈ ਕਿ ਕੀ ਬੱਚਾ ਸੰਬੰਧਿਤ ਵਿਸ਼ੇ ਦੇ ਸਾਰੇ ਪੱਖਾਂ ਨੂੰ ਸਮਝ ਚੁੱਕਿਆ ਹੈ ਜਾਂ ਨਹੀਂ ਨੈਕਸਟ ਰਵਿੰਦਰਨਾਥ ਟੈਗੋਰ ਦੀ ਫਲਸਫੀ ਦੇ ਵਿੱਚ ਆਉਂਦਾ ਹੈ ਟੀਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਪਹਿਲਾ ਹੈ ਆਲਵੇਸ ਸੈਲਫ ਲਰਨਿੰਗ ਵਿਦਿਆਪਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਿਹੜਾ ਖੁਦ ਹਮੇਸ਼ਾ ਹੀ ਸਿੱਖਣ ਵਾਲਾ ਹੋਵੇ ਸਿੱਖਦਾ ਰਹਿਣ ਵਾਲਾ ਹੋਵੇ ਇਹ ਨਹੀਂ ਹੈ ਕਿ ਉਹ ਸੋਚੇ ਵੀ ਮੈਂ ਤੇ ਅਧਿਆਪਕ ਬਣ ਗਿਆ ਕਿ ਮੈਨੂੰ ਹੁਣ ਸਿੱਖਣ ਦੀ ਜ਼ਰੂਰਤ ਨਹੀਂ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਸਿੱਖਣ ਦੇ ਤੇ ਜਿਹੜੇ ਸਿਖਾਉਣ ਦੇ ਨਵੇਂ-ਨਵੇਂ ਤਜਰਬੇ ਨੇ ਉਹ ਲੱਭਦਾ ਹੋਵੇ ਦੂਸਰਾ ਹੈ ਗੁਰੂ ਟੈਗੋਰ ਜੀ ਦੇ ਅਨੁਸਾਰ ਕਿਸੇ ਵੀ ਮਨੁੱਖ ਦਾ ਜਿਹੜਾ ਜੀਵਨ ਦਾ ਉਦੇਸ਼ ਹੁੰਦਾ ਕਿੰਦਾ ਹੈ ਪਰਮਾਤਮਾ ਦੀ ਸੋਝੀ ਪ੍ਰਾਪਤ ਕਰਨਾ ਜਿਸ ਦੇ ਲਈ ਜਿਹੜਾ ਇੱਕ ਅਧਿਆਪਕ ਹੈ ਗੁਰੂ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਗਿਆਨ ਦਿੰਦਾ ਹੈ ਤੇ ਬੱਚੇ ਜਿਹੜੇ ਆਦਰਸ਼ ਨੇ ਉਹਨਾਂ ਨੂੰ ਉਹ ਵਧਾਉਂਦਾ ਹੈ ਉਹਨਾਂ ਦੇ ਵਿੱਚ ਵਾਧਾ ਕਰਦਾ ਹੈ ਉਹ ਖੁਦ ਇੱਕ ਅਧਿਆਤਮਕ ਤੇ ਨੈਤਿਕ ਪੱਖ ਦਾ ਗਿਆਨੀ ਹੁੰਦਾ ਹੈ ਤੇ ਉਹਦੇ ਕਰਕੇ ਉਹ ਉੱਚੀ ਤੇ ਪਵਿੱਤਰ ਸੋਚ ਦਾ ਮਾਲਕ ਹੁੰਦਾ ਹੈ ਅਧਿਆਪਕ ਇਸ ਕਰਕੇ ਅਧਿਆਪਕ ਕੀ ਹੈ ਇੱਕ ਗੁਰੂ ਦੀ ਤਰ੍ਹਾਂ ਹੋਣਾ ਚਾਹੀਦਾ ਐਜ਼ ਅ ਗਾਈਡ ਅਧਿਆਪਕ ਬੱਚੇ ਦੇ ਲਈ ਹਰ ਪੱਖ ਤੋਂ ਸਹਿਦ ਦੇਣ ਦਾ ਕੰਮ ਕਰਦਾ ਹੈ ਉਹ ਨਾ ਸਿਰਫ ਆਪਣੇ ਵਿਸ਼ੇ ਨਾਲ ਸੰਬੰਧਿਤ ਬੱਚਿਆਂ ਜਾਣਕਾਰੀ ਦਿੰਦਾ ਹੈ ਸਗੋਂ ਜੀਵਨ ਦੀ ਹਰ ਸਮੱਸਿਆ ਦਾ ਹੱਲ ਕਰਨ ਦੇ ਯੋਗ ਬਣਾਉਣ ਦੇ ਲਈ ਵੀ ਉਹਨਾਂ ਨੂੰ ਸਹਿਯੋਗ ਦਿੰਦਾ ਹੈ ਤੇ ਉਹ ਬੱਚੇ ਨੂੰ ਜੀਵਨ ਦੇ ਅੰਤਿਮ ਉਦੇਸ਼ ਦੀ ਪ੍ਰਾਪਤੀ ਲਈ ਜਿਹੜਾ ਉਚਿਤ ਰਸਤਾ ਉਹਦੇ ਬਾਰੇ ਵੀ ਜਾਣਕਾਰੀ ਦਿੰਦਾ ਹੈ ਐਜ਼ ਅ ਮਾਡਲ ਹੁਣ ਜਿਹੜੇ ਅਧਿਆਪਕ ਆ ਇੱਕ ਮਾਡਲ ਵਜੋਂ ਵੀ ਕੰਮ ਕਰਦਾ ਹੈ ਬੱਚੇ ਅਧਿਆਪਕ ਨੂੰ ਦੇਖ ਕੇ ਬਹੁਤ ਜ਼ਿਆਦਾ ਸਿੱਖਦੇ ਨੇ ਹੁਣ ਜੇਕਰ ਇੱਕ ਗੁਣਾ ਨਾਲ ਭਰਪੂਰ ਗੁਣਾ ਨਾਲ ਸੰਪੰਨ ਅਧਿਆਪਕ ਹੋਏਗਾ ਤਾਂ ਹੀ ਉਹ ਬੱਚਿਆਂ ਨੂੰ ਹਰ ਪੱਖੋਂ ਦੀ ਜਿਹੜੀ ਨੌਲੇਜ ਹੈ ਉਹ ਦੇ ਸਕਦੇ। ਉਹਨਾਂ ਦੇ ਅਨਸਾਰ ਜਿਹੜੇ ਅਧਿਆਪਕਾ ਨੂੰ ਆਪਣੇ ਚਰਿੱਤਰ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ ਤੇ ਬੱਚਿਆਂ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਆਦਰਸ਼ ਸ਼ਖਸੀਅਤ ਦੇ ਰੂਪ ਦੇ ਵਿੱਚ ਮਾਡਲ ਦੇ ਵਜੋਂ ਪੇਸ਼ ਆਉਣਾ ਚਾਹੀਦਾ ਹੈ। ਅਗ ਹੈ ਸਿੱਖਣ ਵਾਤਾਵਰਣ ਦਾ ਪ੍ਰਬੰਧਕ। ਹੁਣ ਅਧਿਆਪਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਬੱਚਿਆਂ ਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਦਾ ਹੋਵੇ। ਤਾਂ ਜੋ ਜਿਹੜੇ ਬੱਚੇ ਨੇ ਆਪਣੀ ਸਮਰੱਥਾ ਤੇ ਰੁਚੀ ਦੇ ਅਨਸਾਰ ਐਕਟਿਵ ਹੋ ਕੇ ਪ੍ਰਕਿਰਤਿਕ ਢੰਗ ਦੇ ਨਾਲ ਸਿੱਖ ਸਕਣ। ਮਿੰਦੇ ਦੇ ਆਪਕ ਨੇ ਉਹਨਾਂ ਦੇ ਸਾਹਮਣੇ ਇੱਕ ਪਲੇਟਫਾਰਮ ਪ੍ਰੋਵਾਈਡ ਕਰਨਾ ਹੈ ਉਹਨਾਂ ਨੂੰ ਕੁਦਰਤੀ ਵਾਤਾਵਰਣ ਤਿਆਰ ਕਰਨਾ ਹੈ ਜਿਹਦੇ ਵਿੱਚ ਬੱਖਾ ਬੱਚਾ ਹੈ ਜਿਹੜਾ ਉਹ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਤਜਰਬਿਆਂ ਦੇ ਨਾਲ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰ ਸਕੇ ਨੈਕਸਟ ਹੈ ਬੱਚਾ ਪੱਖੀ ਚਾਈਲਡ ਸੈਂਟਰਡ ਹੁਣ ਜਿਹੜਾ ਅਧਿਆਪਕ ਆ ਉਹਨੂੰ ਬੱਚੇ ਦੀ ਸ਼ੁੱਧਤਾ ਤੇ ਅਣਜਾਣੇਪਣ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਹਰੇਕ ਬੱਚੇ ਨੂੰ ਵਿਅਕਤੀਗਤ ਰੂਪ ਦੇ ਨਾਲ ਸਮਝਣਾ ਚਾਹੀਦਾ ਹੁਣ ਸ਼ੁੱਧਤਾ ਮਤਲਬ ਹੁਣ ਜੇ ਇੱਕ ਬੱਚਾ ਉਹ ਸਾਡੇ ਕੋਲ ਕਿਸ ਤਰ੍ਹਾਂ ਆਉਂਦਾ ਜਦੋਂ ਛੋਟਾ ਹੁੰਦਾ ਕਿ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਬਿਲਕੁਲ ਸ਼ੁੱਧ ਹੁੰਦਾ ਉਹਨੂੰ ਕੋਈ ਚੰਗਾ ਮਾੜਾ ਇਹ ਗਲਤ ਹੈ ਠੀਕ ਹੈ ਕੋਈ ਝੂਠ ਸੱਚ ਚੋਰੀ ਪੁੰਨ ਪਾਪ ਕਿਸੇ ਚੀਜ਼ ਬਾਰੇ ਨਹੀਂ ਪਤਾ ਹੁੰਦਾ ਉਹ ਹਰੇਕ ਚੀਜ਼ ਤੋਂ ਅਨਜਾਨ ਹੁੰਦਾ ਤੇ ਅਧਿਆਪਕ ਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਤੇ ਉਹ ਦੇ ਅਕੋਰਡਿੰਗ ਹਰੇਕ ਬੱਚੇ ਨੂੰ ਉਹਨੇ ਇੰਡੀਵਿਜੂਅਲੀ ਸਮਝਣਾ ਹੈ ਅਧਿਆਪਕ ਦੁਆਰਾ ਬੱਚੇ ਨਾਲ ਹਮੇਸ਼ਾ ਪਿਆਰ ਤੇ ਹਮਦਰਦੀ ਭਰੇ ਵਿਵਹਾਰ ਦੇ ਨਾਲ ਪੇਸ਼ ਆ ਕੇ ਉਹਨਾਂ ਨੂੰ ਪੜਾਉਣਾ ਚਾਹੀਦਾ ਹੈ ਹੁਣ ਅਸੀਂ ਗੱਲ ਕਰਾਂਗੇ ਡਿਸਪੀਸਪਲਿਨ ਦੇ ਨਾਲ ਸੰਬੰਧਿਤ ਰਬਿੰਦਰਾਠਾਗੋਰ ਜੀਾਂ ਦੇ ਕਿਹੋ ਜਿਹੇ ਵਿਚਾਰ ਸੀ ਪਹਿਲੀ ਗੱਲ ਹੈ ਸਮਾਜਿਕ ਅਨੁਸ਼ਾਸਨ ਸੋਸ਼ਲ ਡਿਸਪੀਸਪਲਿਨ ਰਬਿੰਦਰਾਠਾਗੋਰ ਜੀ ਨੇ ਕਿਹਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੋ ਸਮਾਜ ਦੇ ਵਿੱਚ ਰਹਿੰਦਾ ਹੈ ਤੇ ਜਿੰਨੂੰ ਇੱਕ ਆਦਰਸ਼ ਸਮਾਜਿਕ ਮੈਂਬਰ ਬਣਾਉਣਾ ਵੀ ਸਿੱਖਿਆ ਦਾ ਇੱਕ ਉਦੇਸ਼ ਹੁੰਦਾ ਹੈ ਤੇ ਹਰੇਕ ਸਮਾਜ ਦ્વાਰ ਆਪਣੇ ਮੈਂਬਰਾਂ ਦੇ ਲਈ ਕੁਝ ਨਿਯਮ ਰੀਤੀ ਰਿਵਾਜ ਤੇ ਮੁੱਲ ਨਿਰਧਾਰਿਤ ਕੀਤੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਰਹਿਣ ਵਾਲੇ ਸਾਰੇ ਮੈਂਬਰਾਂ ਨੂੰ ਫਾਲੋ ਕਰਨਾ ਪੈਂਦਾ ਹੈ ਜਾਂ ਕਹਿ ਲਓ ਵੀ ਉਸ ਤੇ ਚੱਲਣਾ ਪੈਂਦਾ ਹੈ ਇਸ ਲਈ ਟੈਗੋਰ ਜੀ ਦੇ ਅਨਸਾਰ ਬੱਚਿਆਂ ਵਿੱਚ ਸਮਾਜਿਕ ਅਨੁਸ਼ਾਸਨ ਪੈਦਾ ਕਰਨ ਦੇ ਲਈ ਉਹਨਾਂ ਦੇ ਲਈ ਸਮਾਜ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਅਨੁਸਾਰ ਸਕੂਲ ਦੇ ਵਿੱਚ ਅਨੁਸ਼ਾਸਨ ਲਾਗੂ ਕਰਨਾ ਚਾਹੀਦਾ ਹੈ ਮਿੱਥੇ ਜਿਸ ਤਰ੍ਹਾਂ ਦੇ ਸਮਾਜ ਵਿੱਚ ਬੱਚੇ ਰਹਿ ਰਹੇ ਨੇ ਉੱਥੇ ਕਿਹੜੇ ਨਿਯਮ ਨੇ ਉਸ ਤਰੀਕੇ ਦੇ ਨਾਲ ਹੀ ਸਕੂਲ ਦੇ ਵਿੱਚ ਹੋਣਾ ਚਾਹੀਦਾ ਹੈ ਫਿਰ ਸੁਤੰਤਰ ਵਾਤਾਵਰਨ ਟੈਗੋਰ ਜੀ ਮੰਨਦੇ ਸੀ ਕਿ ਬੱਚੇ ਦਾ ਜਿਹੜਾ ਵਿਕਾਸ ਆਜ਼ਾਦੀ ਨਾਲ ਹੀ ਸੰਭਵ ਹੈ ਮੀਨਜ਼ ਜਿੰਨੀ ਅਸੀਂ ਇਹਨਾਂ ਨੂੰ ਸੁਤੰਤਰਤਾ ਦੇਵਾਂਗੇ ਉਨਾ ਹੀ ਬੱਚਾ ਖੁੱਲ੍ਹ ਕੇ ਸਿੱਖ ਸਕਦੇ ਨੇ ਤੇ ਉਹ ਅਨੁਸ਼ਾਸਨ ਦੇ ਨਿਯਮਾਂ ਤਹਿਤ ਕੰਟਰੋਲ ਅਧੀਨ ਰੱਖਣ ਦੇ ਨਾਲ ਸਹਿਮਤ ਨਹੀਂ ਸੀ ਮੀਨਜ਼ ਕਿ ਉਹ ਕਹਿੰਦੇ ਸੀ ਕਿ ਬੱਚਿਆਂ ਨੂੰ ਫ੍ਰੀ ਛੱਡਣਾ ਹੈ ਨਾ ਕਿ ਉਹਨਾਂ ਦੇ ਉੱਪਰ ਬੰਦਸ਼ਾਂ ਲਗਾਉਣੀਆਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਣਾ ਹੈ ਇਸ ਲਈ ਉਹ ਕੀ ਕਹਿੰਦੇ ਸੀ ਕਿ ਜਿਹੜੀ ਪੁਰਾਤਨ ਸਕੂਲੀ ਪ੍ਰਣਾਲੀ ਹੈ ਜਿੱਦੇ ਵਿੱਚ ਬੱਚੇ ਨੂੰ ਪੂਰੀ ਤਰ੍ਹਾਂ ਅਨੁਸ਼ਾਸਨ ਦੇਧੀਨ ਰੱਖ ਕੇ ਪੜ੍ਹਾਇਆ ਜਾਂਦਾ ਸੀ ਉਹ ਗਲਤ ਹੈ ਮਿੰਨਸ ਕਿ ਬਹੁਤ ਸਖਤਾਈ ਨਾਲ ਜਿਹੜਾ ਡਿਸਪੀਸਪਲਿਨ ਉਹ ਬੱਚਿਆਂ ਤੇ ਲਾਗੂ ਕੀਤਾ ਜਾਂਦਾ ਸੀ। ਉਹਨਾਂ ਦੇ ਅਨਸਾਰ ਵੀ ਜਿਹੜੇ ਅਧਿਆਪਕਾਂ ਨੂੰ ਹਮੇਸ਼ਾ ਬੱਚੇ ਨਾਲ ਪਿਆਰ ਭਰੇ ਵਤੀਰੇ ਨਾਲ ਪੇਸ਼ ਆਉਣਾ ਚਾਹੀਦਾ ਤੇ ਉਹਨੂੰ ਪੜ੍ਹਾਉਣਾ ਚਾਹੀਦਾ ਤੇ ਅਧਿਆਪਕ ਇਸ ਤਰ੍ਹਾਂ ਦਾ ਹੋਵੇ ਇਸ ਤਰੀਕੇ ਨਾਲ ਬੱਚਿਆਂ ਦੇ ਅੰਦਰ ਡਿਸਪੀਸਪਲਿਨ ਪੈਦਾ ਕਰੇ ਵੀ ਜਿਹੜਾ ਬੱਚੇ ਦੇ ਅੰਦਰ ਡਰ ਨਾ ਪੈਦਾ ਕਰੇ। ਸਗੋਂ ਉਹਨਾਂ ਨੂੰ ਆਪਣੇ ਆਪ ਡਿਸਪੀਸਪਲਿਨ ਉਹ ਫਾਲੋ ਕਰਨ ਦੇ ਯੋਗ ਹੋ ਸਕਣ। ਨੈਕਸਟ ਹੈ ਸਵੈਨਿਸ਼ਾਸ਼ਨ ਸੈਲਫ ਡਿਸਪੀਸਪਲਿਨ। ਰਵਿੰਦਰਨਾਥ ਟੈਗੋਰ ਦਾ ਅਨੁਸ਼ਾਸਨ ਦੇ ਪ੍ਰਤੀ ਇਹ ਵਿਚਾਰ ਸੀ ਕਿ ਅਨੁਸ਼ਾਸਨ ਬੱਚੇ ਦੇ ਉੱਪਰ ਥੋਪਿਆ ਨਹੀਂ ਜਾਣਾ ਚਾਹੀਦਾ ਮਲਕ ਅੰਦਰੂਨੀ ਤੌਰ ਤੇ ਅਨੁਸ਼ਾਸਨ ਦੀ ਜਿਹੜੀ ਭਾਵਨਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਮੀਨਸ ਕਿ ਬੱਚੇ ਨੂੰ ਅਸੀਂ ਤਿਆਰ ਕਰਨਾ ਹੈ ਸੈਲਫ ਡਿਸਿਪਲਨ ਦੇ ਵਿੱਚ ਰਹਿਣ ਦੇ ਲਈ ਹੁਣ ਅਸੀਂ ਗੱਲ ਕਰਾਂਗੇ ਕਰਿਕੂਲਮ ਦੇ ਨਾਲ ਸੰਬੰਧਿਤ ਤਰਵਿੰਦਰਨਾਥ ਟੈਗੋਰ ਜੀਾਂ ਦੇ ਕੀ ਵਿਚਾਰ ਸੀ ਕਿਸ ਤਰ੍ਹਾਂ ਦਾ ਕਰਿਕੂਲਮ ਹੋਣਾ ਚਾਹੀਦਾ ਹੈ ਪਹਿਲਾ ਕਨਸੈਪਟ ਆਫ ਕਰਿਕੂਲਮ ਟੈਗੋਰ ਜੀ ਅਨਸਾਰ ਜਿਹੜਾ ਪਾਠ ਕਰਮਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੋ ਬੱਚੇ ਦੇ ਸਰਪੱਖੀ ਵਿਕਾਸ ਦੇ ਨਾਲ ਨਾਲ ਬੱਚੇ ਦੇ ਵਿੱਚ ਰਾਸ਼ਟਰੀਵਾਦ ਅੰਤਰਰਾਸ਼ਟਰੀਵਾਦੀ ਭਾਵਨਾ ਵੀ ਵਿਕਸਿਤ ਕਰਦਾ ਹੋਵੇ। ਉਹਨਾਂ ਦੇ ਅਨਸਾਰ ਵੀ ਉਸ ਸਮੇਂ ਮੌਜੂਦਾ ਪਾਠਕ੍ਰਮ ਸਿਰਫ ਬੱਚੇ ਦੇ ਵਿਕਾਸ ਵੱਲ ਕੇਂਦਰਿਤ ਸੀ। ਜਿਸ ਕਾਰਨ ਉਹ ਜਿਹੇ ਪਾਠਕ੍ਰਮ ਤੋਂ ਸੈਟੀਸਫਾਈਡ ਨਹੀਂ ਸੀ। ਉਹਨਾਂ ਦੇ ਅਨਸਾਰ ਪਾਠਕ੍ਰਮ ਦੇ ਵਿੱਚ ਸਿੱਖਿਆ ਜਿਹੜੇ ਉਦੇਸ਼ ਨੇ ਉਹਨਾਂ ਨੂੰ ਸਾਹਮਣੇ ਰੱਖਦੇ ਹੋਏ ਜਿਹੜੇ ਸਾਰੇ ਸਿੱਖਣ ਤੱਤ ਨੇ, ਵਿਸ਼ੇ ਨੇ ਤੇ ਗਤੀਵਿਧੀਆਂ ਨੇ ਉਹਨਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ। ਪਾਠਕ੍ਰਮ ਵਿੱਚਲੇ ਵਿਸ਼ੇ ਰਵਿੰਦਰਾ ਟੈਗੋਰ ਜੀ ਅਨਸਾਰ ਸਿੱਖਿਆ ਦਾ ਜਿਹੜਾ ਪਾਠਕ੍ਰਮ ਹੈ ਹਰੇਕ ਵਿਸ਼ੇ ਦੀ ਜਿਹੜੀ ਮਹੱਤਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਗਤੀਵਿਧੀਆਂ ਭਰਪੂਰ ਹੋਣਾ ਚਾਹੀਦਾ ਹੈ ਟੈਗੋਰ ਜੀ ਅਨਸਾਰ ਪਾਠਕ੍ਰਮ ਵਿੱਚ ਇਸ ਤਰ੍ਹਾਂ ਦੇ ਸਾਰੇ ਵਿਸ਼ੇ ਮੌਜੂਦ ਹੋਣ ਚਾਹੀਦੇ ਨਾਲ ਜਿੱਦ ਨੇ ਬੱਚੇ ਜਿਹੜੀ ਸਰਪੱਖੀ ਵਿਕਾਸ ਆ ਉਹ ਹੋ ਸਕੇ ਵਿਸ਼ੇ ਦੇ ਲਈ ਉਹਨਾਂ ਨੇ ਕਈ ਅਲੱਗ-ਅਲੱਗ ਵਿਸ਼ੇ ਅਲੱਗ-ਅਲੱਗ ਪ੍ਰਕਾਰ ਦੇ ਵਿਕਾਸ ਦੇ ਲਈ ਪਾਠਕ੍ਰਮ ਦੇ ਵਿੱਚ ਸ਼ਾਮਿਲ ਕਰਨੇ ਉਚਿਤ ਸਮਝੇ ਮੀਨਸ ਕਿ ਵਿਸ਼ੇ ਅਲੱਗ-ਅਲੱਗ ਕਿਉਂਕਿ ਜਿਹੜੇ ਅਲੱਗ-ਅਲੱਗ ਵਿਸ਼ੇ ਹੋਣਗੇ ਤਾ ਉਹ ਬੱਚੇ ਦੀ ਅਲੱਗ-ਅਲੱਗ ਤਰ੍ਹਾਂ ਦੀ ਡਿਵੈਲਪਮੈਂਟ ਕਰਨਗੇ ਜਿਵੇਂ ਕਿ ਅਸੀਂ ਸਮਾਜਿਕ ਸਿੱਖਿਆ ਪੜਦੇ ਆ ਤਾਂ ਉਹਦੇ ਨਾਲ ਅਸੀਂ ਸਮਾਜ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆ ਅਸੀਂ ਭਾਸ਼ਾ ਸਿੱਖ ਰਹੇ ਆ ਤਾਂ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨਾ ਸਿੱਖ ਰਹੇ ਆ ਖੇਤੀਬਾੜੀ ਪੜਾਂਗੇ ਤਾਂ ਸਾਨੂੰ ਜਿਹੜੇ ਸਾਡੇ ਰੋਜ਼ ਦੇ ਖੇਤੀਬਾੜੀ ਦੇ ਕੰਮ ਦਿੰਦੇ ਨੇ ਅਸੀਂ ਉਹਦੇ ਵਿੱਚ ਉਹਨੂੰ ਵਰਤ ਸਕਦੇ ਆ ਹੁਣ ਜੇ ਸਰੀਰਕ ਵਿਕਾਸ ਦੇ ਲਈ ਸਰੀਰਕ ਸਿਹਤ ਤੇ ਸਰੀਰਕ ਸਿੱਖਿਆ ਹੋ ਗਈ ਸਮਾਜਿਕ ਵਿਕਾਸ ਦੇ ਲਈ ਇਤਿਹਾਸ ਤੇ ਨਾਗਰਿਕ ਸ਼ਾਸਤਰ ਵਗੈਰਾ ਤੇ ਹੱਥੀਂ ਕਲਾ ਤੇ ਨੀ ਤਕਨੀਕੀ ਵਿਸ਼ਾ ਹੋ ਗਿਆ ਤੇ ਰੋਜ਼ਾਨਾ ਹਿਸਾਬ ਕਿਤਾਬ ਦੇ ਲਈ ਗਣਿਤ ਹੋ ਗਿਆ ਹੁਣ ਕਿਹੜੇ ਕਿਹੜੇ ਵਿਸ਼ੇ ਹੋਣੇ ਚਾਹੀਦੇ ਨੇ ਪਾਠਕਰਨ ਵਿੱਚ ਪਹਿਲਾ ਮਾਤ ਪਾਸ਼ਾ ਦੀ ਸਿੱਖਿਆ ਫਿਰ ਹੋਰ ਜਿਹੜੀਆਂ ਭਾਰਤੀ ਭਾਸ਼ਾਵਾਂ ਨੇ ਉਹਨਾਂ ਦੀ ਸਿੱਖਿਆ ਦੇਣੀ ਹੈ ਜਿਹੜੀਆਂ ਅੰਤਰਰਾਸ਼ਟਰੀ ਭਾਸ਼ਾਵਾਂ ਨੇ ਜਿਹੜੀਆਂ ਪੋਸੀਬਲ ਨੇ ਉਹ ਪੜਾਉਣੀਆਂ ਨੇ ਸਿਹਤ ਤੇ ਸਰੀਰਕ ਸਿੱਖਿਆ ਕਲਾ ਨਾਲ ਸੰਬੰਧਿਤ ਵਿਸ਼ੇ ਜਿਵੇਂ ਕਿ ਸੰਗੀਤ ਤੇ ਡਾਂਸ ਚਿੱਤਰਕਲਾ ਫਿਰ ਵੋਕੇਸ਼ਨਲ ਗੁਣ ਪੈਦਾ ਕਰਨ ਦੇ ਲਈ ਜਿਹੜੇ ਤਕਨੀਕੀ ਸਬਜੈਕਟਸ ਨੇ ਉਹ ਪੜਾਉਣੇ ਨੇ ਖੇਤੀਬਾੜੀ ਨਾਲ ਸੰਬੰਧਿਤ ਵਿਸ਼ੇ ਹੋਣ ਚਾਹੀਦੇ ਨੇ ਗਣਿਤ ਹੋ ਗਿਆ ਦਾਰਸ਼ਨਿਕਤਾ ਮਿੰਦ ਫਲੋਸਫੀ ਸਾਈਕੋਲੋਜੀ ਤੇ ਰਿਲੀਜੀਅਨ ਫਿਰ ਕੁਦਰਤੀ ਵਿਗਿਆਨ ਜਿਵੇਂ ਕਿ ਕੈਮਿਸਟਰੀ ਭੌਤਿਕ ਵਿਗਿਆਨ ਜਨਰਲ ਸਾਇੰਸ ਜੀਵ ਗਿਆਨ ਜੀਓਲੋਜੀ ਆ ਸਮਾਜਿਕ ਵਿਗਿਆਨ ਜਿਵੇਂ ਇਤਿਹਾਸ ਅਰਥ ਸ਼ਾਸਤਰ ਧਰਮ ਵਿਗਿਆਨ ਭੂਗੋਲ ਸਮਾਜ ਵਿਗਿਆਨ ਭੂਗੋਲ ਨਾਗਰਿਕ ਸ਼ਾਸਤਰ ਇਹ ਸਾਰੇ ਜਿਹੜੇ ਸਬਜੈਕਟ ਨੇ ਵੀ ਪੜ੍ਹਾਏ ਜਾਣੇ ਚਾਹੀਦੇ ਨੇ ਫਿਰ ਇਹ ਪਾਠਕ੍ਰਮ ਵਿੱਚ ਜਿਹੜੀਆਂ ਗਤੀਵਿਧੀਆਂ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀਆਂ ਨੇ ਕਿਹੜੀਆਂ-ਕਿਹੜੀਆਂ ਹੋਣੀਆਂ ਚਾਹੀਦੀਆਂ ਨੇ ਟੈਗੋਰ ਜੀ ਦੇ ਅਨਸਾਰ ਬੱਚੇ ਨੂੰ ਵੱਖ-ਵੱਖ ਵਿਸ਼ਾ ਨਾਲ ਸੰਬੰਧਿਤ ਜਿਹੜੀਆਂ ਸਿੱਖਿਆ ਗ੍ਰਹਿਾਵਾਂ ਨੇ ਜਾਂ ਗਤੀਵਿਧੀਆਂ ਦੇ ਨਾਲ ਸਿੱਖਿਆ ਦੇਣੀ ਚਾਹੀਦੀ ਹੈ ਤੇ ਅਜਿੰਿਆ ਜਿਹੜੀਆਂ ਗਤੀਵਿਧੀਆਂ ਨੇ ਪਾਠਕਰਨ ਦੇ ਵਿੱਚ ਵੀ ਸ਼ਾਮਿਲ ਹੋਣੀਆਂ ਚਾਹੀਦੀਆਂ ਨੇ ਜਿਵੇਂ ਕਿ ਚਿੱਤਰਕਲਾ ਤੇ ਪੇਂਟਿੰਗ ਧਾਰਮਿਕ ਸਿੱਖਿਆ ਸੰਗੀਤ ਡਾਂਸਿੰਗ ਡਰਾਮਾ ਖੇਤੀਬਾੜੀ ਗਾਰਡਨਿੰਗ ਖੇਡਾਂ ਕਸਰਤ ਲੈਬੋਰੀਟਰੀ ਪ੍ਰਯੋਗ ਵਗੈਰਾ ਨੈਕਸਟ ਹੈ এডੂਕੇਸ਼ਨ ਥਰੂ ਇਮੋਸ਼ਨਸ ਫਿਰ ਜਿਹੜੀ ਬੱਚੇ ਨੂੰ এডੂਕੇਸ਼ਨ ਦੇਣੀ ਆ ਉਹ ਭਾਵਨਾਵਾਂ ਰਾਹੀਂ ਦੇਣੀ ਆ ਮਿੰਦ ਕੇ ਪਾਠ ਕਰ ਮੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਦੌਰਾਨ ਬੱਚਾ ਆਪਣੇ ਅੰਦਰੂਨੀ ਭਾਵਨਾਵਾਂ ਨੂੰ ਉਭਾਰ ਕੇ ਮੀਨਸ ਬਾਹਰ ਕੱਢ ਕੇ ਪੇਂਟਿੰਗ ਡਾਂਸਿੰਗ ਫਾਈਨ ਆਰਟਸ ਕਲਾਤ ਤੇ ਸੰਗੀਤ ਆਦ ਵਿਸ਼ਿਆਂ ਦੇ ਵਿੱਚ ਜਿਹੜੀ ਸਿੱਖਿਆ ਉਹ ਲੈ ਸਕੇ ਫਿਰ ਇਹ ਮਦਰ ਟੰਗ ਐਸ ਮੀਡੀਅਮ ਮਾਤ ਪਾਸ਼ਾ ਮਾਧਿਅਮ ਵਜੋਂ ਤੇ ਪਾਠ ਕਰਨ ਦੀ ਜਿਹੜੀ ਮਾਤ ਪਾਸ਼ਾ ਉਹ ਸਿੱਖਿਆ ਦੇ ਮਾਧਿਅਮ ਵਜੋਂ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਦੀ ਸਭ ਤੋਂ ਜ਼ਿਆਦਾ ਜਿਹੜੀ ਮੁਹਾਰਤ ਆਪਣੀ ਮਾਤ ਪਾਸ਼ਾ ਦੇ ਵਿੱਚ ਹੁੰਦੀ ਹੈ ਇਸ ਕਰਕੇ ਉੰਧੜੀ এডਿਕੇਸ਼ਨ ਆ ਸਿੱਖਿਆ ਵੀ ਉਹਦੀ ਮਾਤ ਭਾਸ਼ਾ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਪਰਿਧਾਰਥੇਨੀ ਕਿ ਉਹ ਅੰਗਰੇਜ਼ੀ ਭਾਸ਼ਾ ਦੇ ਵਿਰੁੱਧ ਸਨ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੀਡੀਅਮ ਆਫ ਇਨਸਟ੍ਰਕਸ਼ਨ ਆ ਉਹ ਸਿਰਫ ਮਦਰ ਟੰਗ ਹੀ ਹੋਣੀ ਚਾਹੀਦੀ ਹੈ। ਦੂਸਰੀਆਂ ਭਾਸ਼ਾਵਾਂ ਜ਼ਰੂਰ ਪੜਾਈਆਂ ਜਾਣੀਆਂ ਚਾਹੀਦੀਆਂ ਨੇ। ਨੈਕਸਟ ਐ ਸਪਿਰਚੁਅਲ ਐਸਪੈਕਟ। ਆਤਮਿਕ ਪੱਖ। ਟੈਗੋਰਜੀਆਂ ਸਰ ਜਿਹੜੀ ਧਾਰਮਿਕ ਸਿੱਖਿਆ ਦੇ ਬਾਰੇ ਸਿੱਖਿਆ ਵੀ ਜਿਹੜੀ ਪਾਠਕ੍ਰਮ ਦਾ ਅੰਗ ਹੋਣੀ ਚਾਹੀਦੀ ਹੈ ਤਾਂ ਜੋ ਬੱਚੇ ਦੀ ਜਿਹੜੀ ਆਤਮਿਕ ਵਿਕਾਸ ਹੈ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ। ਦੇ ਸਟੂਡੈਂਟਸ ਐਸੀ ਰਵਿੰਦਰਨਾਥ ਟੈਗੋਰ ਜੀ ਦੀ ਐਜੂਕੇਸ਼ਨਲ ਫਿਲਾਸਫੀ ਜਿਦੇ ਵਿੱਚ ਸਾਰੇ ਜਿਵੇਂ ਕੋਈ ਐਜੂਕੇਸ਼ਨ ਦੇ ਪ੍ਰਿੰਸੀਪਲਸ ਹੋਗੇ ਕਰਿਕੂਲਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਟੀਚਿੰਗ ਮੈਥਡਸ ਟੀਚਰ ਡਿਸਪਲਨ ਵਗੈਰਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨੇ ਨਾਲ ਹੀ ਏਮਸ ਆਫ ਐਜੂਕੇਸ਼ਨ ਵਗੈਰਾ ਤੇ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਸ਼ਾਰਟ ਨੋਟ ਨੇ ਉਹ ਵੀ ਇਕੱਲੇ-ਇਕੱਲੇ ਨਿਕਲ ਆਉਣਗੇ ਜਿਵੇਂ ਕਿ ਮੈਥਡਸ ਆਫ ਟੀਚਿੰਗ ਅਕੋਰਡਿੰਗ ਟੂ ਰਵਿੰਦਰਨਾਥ ਟੈਗੋਰ ਕਰਿਕੂਲਮ ਅਕੋਰਡਿੰਗ ਟੂ ਰਵਿੰਦਰਨਾਥ ਟੈਗੋਰ ਏਮਜ ਆਫ ਐਜੂਕੇਸ਼ਨ ਐਂਡ ਰਵਿੰਦਰ ਨਾਥ ਟੈਗੋਰ ਤਾਂ ਇਹ ਸਾਰੇ ਇੱਕ ਇੱਕ ਜਿਹੜੇ ਸ਼ਾਰਟ ਨੋਟ ਨੇ ਉਹ ਵੀ ਵਿੱਚੋਂ ਬਣ ਰਹੇ ਨੇ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਥੈਂਕਸ ਫਾਰ ਵਾਚਿੰਗ